ਰਾਮਦਾਸ ਪਦਬੰਧ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਦੋਹਰਾ ਆਇਓ ਸਹਿਤ ਪਰਵਾਰ ਕੇ ਮਨੀ ਸਿੰਘ ਬੁੱਧਮਾਨ ਸਤਰਹ ਸੈ ਨੌ ਬੀਸ ਮੈਂ ਚੇਤ ਮਾਸ ਪਛਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨ ਸਜੇ ਨੇ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਸੋਧਾ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਦੀ ਕਥਾ ਵਿਚਾਰ ਇਤਿਹਾਸ ਦੀਆਂ ਵਿਚਾਰਾਂ ਅਤੇ ਪਰਮ ਸਨਮਾਨਯੋਗ ਭਾਈ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ ਉਹਨਾਂ ਦੀ ਰਸਨਾ ਤੋਂ ਅੰਮ੍ਰਿਤਮਈ ਕੀਰਤਨ ਦਾ ਆਨੰਦ ਮਾਣਿਆ ਹੈ। ਸੋ ਜੋ ਲੜੀਵਾਰ ਕਥਾ ਸ਼ੁਰੂ ਹੋਈ ਸੀ ਕੱਲ੍ਹ ਰੋਜ਼ ਤੋਂ ਜੋ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਿਮਿੱਤ ਕਵੀ ਸੇਵਾ ਸਿੰਘ ਜੀ ਨੇ ਗ੍ਰੰਥ ਲਿਖਿਆ ਹੈ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਭਾਈ ਮਨੀ ਸਿੰਘ ਸ਼ਹੀਦ ਦਾ ਜੀਵਨ ਇਤਿਹਾਸ ਉਹਨਾਂ ਦੀ ਹਿਸਟਰੀ ਨੂੰ ਕਲਮਬੰਦ ਕੀਤਾ ਹੈ ਬੜੀ ਸੁੰਦਰ ਕਾਵਿ ਦੇ ਵਿੱਚ। ਸਿੱਖ ਇਤਿਹਾਸ ਦੇ ਵਿੱਚ ਬਹੁਤ ਵਿਸ਼ੇਸ਼ ਮਹਾਨ ਗ੍ਰੰਥ 18ਵੀਂ ਸਦੀ 'ਚ ਲਿਖੇ ਗਏ ਨੇ। ਭਾਵੇਂ ਉਹਨਾਂ ਗ੍ਰੰਥਾਂ ਬਾਰੇ ਅੱਜ ਦੀ ਸੰਗਤ ਨੂੰ ਬਹੁਤਾ ਪਤਾ ਨਹੀਂ ਅਤੇ ਨਵੇਂ ਨਵੇਂ ਰਾਈਟਰਾਂ ਦੀਆਂ ਨਵੀਆਂ ਨਵੀਆਂ ਕਿਤਾਬਾਂ ਪੜ੍ਹ ਕੇ ਕਈ ਤਰ੍ਹਾਂ ਦੇ ਭੰਬਲ ਭੂਸੇ ਵੀ ਪੈ ਰਹੇ ਨੇ ਸਾਡੇ ਵਿੱਚ। ਪੁਰਾਤਨ ਇਤਿਹਾਸ ਨੂੰ ਆਪਣੇ ਖਜ਼ਾਨੇ ਨੂੰ ਅਸੀਂ ਲੱਭਦੇ ਨਹੀਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਦਾ ਖਜ਼ਾਨਾ ਬਹੁਤ ਵੱਡਾ ਹੈ। ਸਾਨੂੰ ਇਸ ਖਜ਼ਾਨੇ ਨਾਲ ਸਾਂਝ ਪਾਉਣੀ ਚਾਹੀਦੀ ਹੈ, ਆਪਸ ਵਿੱਚ ਪਿਆਰ ਇਤਫਾਕ ਏਕਤਾ ਦਾ ਯਤਨ ਕਰਨਾ ਚਾਹੀਦਾ ਹੈ, ਬਿਨਾਂ ਲੋੜੇ ਵਾਦ ਵਿਵਾਦ ਨਹੀਂ ਕਰਨੇ ਚਾਹੀਦੇ। ਇਹਨਾਂ ਗ੍ਰੰਥਾਂ 'ਚੋਂ ਸਾਨੂੰ ਸਾਡਾ ਇਤਿਹਾਸ ਮਿਲਦਾ ਹੈ, ਸਾਡਾ ਵਿਰਸਾ ਪਤਾ ਲੱਗਦਾ ਹੈ, ਸਾਡੇ ਗੁਰੂਆਂ ਦਾ ਜੀਵਨ ਆਚਰਣ, ਸ਼ਹੀਦਾਂ ਦਾ ਕੈਸਾ ਜੀਵਨ ਸੀ ਉਹ ਪਤਾ ਲੱਗਦਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਜੀਵਨ ਇਤਿਹਾਸ ਕਵੀ ਸੇਵਾ ਸਿੰਘ ਜੀ ਨੇ ਜੋ ਭੱਟਾਂ ਦੀ ਭਗਤ ਭੱਟ ਭਿੱਖਾ ਜੀ ਦੀ 6ਵੀਂ 7ਵੀਂ ਪੀੜ੍ਹੀ 'ਚ ਹੋਏ ਨੇ ਉਹਨਾਂ ਨੇ ਲਿਖਿਆ ਹੈ ਅਤੇ ਉਹ ਸਾਡੇ ਕੋਲ ਇਤਿਹਾਸ ਮੌਜੂਦ ਹੈ ਕਿੱਥੇ ਕਿੱਥੇ ਭਾਈ ਮਨੀ ਸਿੰਘ ਜੀ ਗੁਰੂ ਘਰ ਦੀ ਸੇਵਾ ਕਰਦੇ ਰਹੇ। ਜਿਵੇਂ ਆਪਾਂ ਕੱਲ੍ਹ ਸਰਵਣ ਕੀਤਾ ਵੀ 13 ਸਾਲ ਦੀ ਉਮਰ 'ਚ ਗੁਰੂ ਰਾਏ ਸਾਹਿਬ ਕੋਲ ਆ ਗਏ ਸਨ। ਪਿਤਾ ਮਾਈ ਦਾਸ ਜੀ, ਦਾਦਾ ਸ਼ਹੀਦ ਭਾਈ ਬੱਲੂ ਜੀ ਔਰ ਪੜਦਾਦਾ ਭਾਈ ਮੂਲਾ ਜੀ, ਉਹਨਾਂ ਦੇ ਪਿਤਾ ਰਾਓ ਜੀ, ਇਹ ਸਾਰਾ ਪਰਿਵਾਰ ਸਿੱਖੀ ਨਾਲ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਜੁੜਿਆ। ਮਹਾਰਾਜ ਦੇ ਸਤਿਗੁਰੂ ਦੇ ਘਰ ਦੀ ਸੇਵਾ ਕੀਤੀ। ਭਾਈ ਮਨੀ ਸਿੰਘ ਵੀ ਆਪਣੇ ਬਜ਼ੁਰਗਾਂ ਦੀ ਤਰ੍ਹਾਂ 13 ਸਾਲ ਦੀ ਉਮਰ 'ਚ ਸੇਵਾ 'ਚ ਲੱਗੇ, ਭਾਂਡੇ ਮਾਂਜਦੇ ਹੋਏ ਸੇਵਾ ਕਰਕੇ ਪਰਮ ਪਦਵੀ ਨੂੰ ਪਹੁੰਚੇ। 15 ਸਾਲ ਦੀ ਉਮਰ 'ਚ ਆਪ ਜੀ ਦੀ ਸ਼ਾਦੀ ਹੋ ਗਈ। ਗੁਰੂ ਹਰਿਰਾਏ ਸਾਹਿਬ ਜੀ ਦੀ ਸੇਵਾ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੱਦੀ 'ਤੇ ਆਏ, ਉਹਨਾਂ ਦੀ ਸੇਵਾ ਵੀ ਭਾਈ ਮਨੀ ਸਿੰਘ ਜੀ ਨੂੰ ਪ੍ਰਾਪਤ ਹੋਈ।
ਫਿਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਉਣ ਲੱਗਿਆਂ ਬਾਬਾ ਬਕਾਲੇ ਕਹਿ ਕੇ ਜੋਤੀ ਜੋਤ ਸਮਾਏ, ਫਿਰ ਬਾਬੇ ਬਕਾਲੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਵੀ ਭਾਈ ਮਨੀ ਸਿੰਘ ਜੀ ਨੂੰ ਪ੍ਰਾਪਤ ਹੋਈ। ਭਾਈ ਮਨੀ ਸਿੰਘ ਜੀ ਕਈ ਵਾਰੀ ਆਪਣੇ ਨਗਰ ਮੁਲਤਾਨ ਦੇ ਵਿੱਚ ਪਿੰਡ ਅਲੀਪੁਰ ਚਲੇ ਜਾਂਦੇ ਸਨ। ਅਲੀਪੁਰ ਉੱਤਰੀ ਉਸ ਪਿੰਡ ਦਾ ਨਾਮ ਇਤਿਹਾਸ 'ਚ ਮਿਲਦਾ ਹੈ, ਜੋ ਮੁਲਤਾਨ ਦੇ ਲਾਗੇ, ਫਿਰ ਆ ਜਾਂਦੇ ਸਨ। ਹੁਣ ਪਰਿਵਾਰ ਸਮੇਤ ਹੀ ਗੁਰੂ ਕੋਲ ਆ ਗਏ, ਸਭ ਪਰਿਵਾਰ ਚੜ੍ਹਾਇਆ ਬੇੜੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਬੇੜੇ ਗੁਰੂ ਸਾਹਿਬ ਦੇ ਬੇੜੇ 'ਤੇ। ਆਪਣਾ ਪਰਿਵਾਰ ਆਪਣਾ ਸਾਰਾ ਸਰਬੰਸੀ ਲੇਖੇ ਲਾ ਦਿੱਤਾ, ਸੇਵਾ 'ਚ ਲੱਗ ਗਏ। ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕਿਵੇਂ ਸ਼ੁਰੂ ਕੀਤੀ, ਭਾਈ ਸੇਵਾ ਸਿੰਘ ਜੀ ਕਵੀ ਉਸਦਾ ਜ਼ਿਕਰ ਕਰ ਰਹੇ ਨੇ, ਆਪਾਂ ਸਰਵਣ ਕਰੀਏ। ਮਹਾਰਾਜ ਸਾਹਿਬ ਸ਼੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਜੈਸੇ ਮਹਾਂਪੁਰਸ਼ਾਂ ਨੂੰ ਯਾਦ ਕਰਦਿਆਂ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਇਓ ਸਹਿਤ ਪਰਿਵਾਰ ਕੇ। ਭਾਈ ਮਨੀ ਸਿੰਘ ਜੀ ਆਪਣੇ ਪਰਿਵਾਰ ਦੇ ਸਮੇਤ ਆ ਗਏ। ਮਨੀ ਸਿੰਘ ਬੁੱਧਮਾਨ, ਮਹਾਨ ਬੁੱਧੀਮਾਨ, ਮਹਾਨ ਵਿਦਵਾਨ, ਸਿਆਣੇ ਗਿਆਨੀ ਪੰਥ ਦੇ ਭਾਈ ਮਨੀ ਸਿੰਘ ਜੀ ਸਣੇ ਪਰਿਵਾਰ ਆਪਣੀ ਪਤਨੀ ਮਾਤਾ ਸੀਤੋ ਜੀ ਨੂੰ ਲੈ ਕੇ ਔਰ ਆਪਣੇ ਪੁੱਤਰਾਂ ਨੂੰ ਲੈ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆ ਗਏ ਸ਼੍ਰੀ ਅਨੰਦਪੁਰ ਸਾਹਿਬ। ਉਦੋਂ ਸੰਮਤ 1729 ਸੀ ਅਤੇ ਜਿਹੜਾ ਦੂਸਰਾ ਉਹ 1672 1673 ਯਾਨੀ ਕਿ ਈਸਵੀ ਸਨ ਸੀ। 1729 ਬਿਕਰਮੀ ਅਤੇ 1673 ਈਸਵੀ ਦਾ ਸਮਾਂ ਬਣਦਾ ਹੈ, ਜਦੋਂ ਭਾਈ ਮਨੀ ਸਿੰਘ ਜੀ ਪੱਕੇ ਤੌਰ 'ਤੇ ਹੀ ਪਰਿਵਾਰ ਸਮੇਤ ਹੀ ਅਨੰਦਪੁਰ ਸਾਹਿਬ ਆ ਗਏ। ਹਾਂਜੀ, ਚੇਤ ਮਾਸ ਪਛਾਣ, ਚੇਤਵ ਦਾ ਮਹੀਨਾ ਸੀ, ਆ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹਨ। ਤੇਗ ਬਹਾਦਰ ਗੁਰੂ ਢਿੱਗ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਭਾਈ ਮਨੀ ਸਿੰਘ ਜੀ ਪਹੁੰਚੇ ਹਨ। ਚੱਕ ਨਾਨਕੀ ਮਾਹੇ, ਇਸ ਪਿੰਡ ਦਾ ਪਹਿਲਾ ਨਾਮ ਸੀ ਚੱਕ ਨਾਨਕੀ, ਉਸ ਤੋਂ ਪਹਿਲਾਂ ਸੀ ਮਾਖੋਵਾਲ, ਫਿਰ ਇਹਦਾ ਨਾਮ ਪ੍ਰਸਿੱਧ ਹੋ ਗਿਆ ਸ਼੍ਰੀ ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਮਾਤਾ ਨਾਨਕੀ ਜੀ ਦੇ ਨਾਂ 'ਤੇ ਰੱਖਿਆ ਸੀ, ਚੱਕ ਨਾਨਕੀ। ਅਜੇ ਵੀ ਅਨੰਦਪੁਰ ਸਾਹਿਬ ਦਾ ਇੱਕ ਹਿੱਸਾ ਉਹਨੂੰ ਚੱਕ ਨਾਨਕੀ ਕਹਿੰਦੇ ਆ, ਚੱਕ ਮਾਤਾ ਨਾਨਕੀ। ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਸਨ, ਉਹਨਾਂ ਦੇ ਨਾਂ 'ਤੇ ਇਹਦਾ ਨਾਂ ਰੱਖਿਆ ਸੀ ਚੱਕ ਮਾਤਾ ਨਾਨਕੀ। ਉੱਥੇ ਭਾਈ ਮਨੀ ਸਿੰਘ ਜੀ ਆਏ ਹਨ। ਬਾਣੀ ਪੜ੍ਹੇ ਬਾਣੀ ਸੁਣੇ, ਬਾਣੀ ਪੜ੍ਹਦੇ ਨੇ, ਬਾਣੀ ਸੁਣਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਨੇ, ਸਾਰਾ ਦਿਨ ਕੰਮ ਕਾਰ ਸੇਵਾ ਕਰਦਿਆਂ ਬਾਣੀ ਪੜ੍ਹਦੇ ਰਹਿੰਦੇ ਨੇ। ਬਾਣੀ ਲਿਖੇ ਲਿਖਾਹੇ, ਅਤੇ ਬਾਣੀ ਲਿਖਦੇ ਵੀ ਨੇ। ਉਹਨਾਂ ਦਿਨਾਂ ਵਿੱਚ ਬਾਣੀ ਛਾਪੇ ਵਿੱਚ ਨਹੀਂ ਸੀ, ਹੱਥ ਨਾਲ ਲਿਖਣੀ ਪੈਂਦੀ ਸੀ ਪੋਥੀਆਂ। ਭਾਈ ਗੁਰਦਾਸ ਜੀ ਨੇ ਲਿਖਿਆ ਵੀ ਜਿਹੜਾ ਸਿੱਖ ਗੁਰਬਾਣੀ ਲਿਖਦਾ ਉਹਦੇ ਹੱਥ ਪਵਿੱਤਰ ਹਨ, ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੈ, ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਸ਼ਬਦ ਲੈ ਬੁਲਾਵੈ। ਸੋ ਹੱਥਾਂ ਨਾਲ ਗੁਰਬਾਣੀ ਭਾਈ ਮਨੀ ਸਿੰਘ ਜੀ ਬੜੀ ਸੋਹਣੀ ਲਿਖਾਈ ਗੁਰੂ ਨੇ ਦਿੱਤੀ ਹੋਈ ਸੀ, ਅਤੇ ਗੁਰਬਾਣੀ ਦੀਆਂ ਪੋਥੀਆਂ ਪੰਜ ਗ੍ਰੰਥੀਆਂ ਜਾਂ ਗੁਰੂ ਮਹਾਰਾਜ ਦੀ 22 ਵਾਰਾਂ ਦੀਆਂ ਪੋਥੀਆਂ ਜਾਂ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਨੂੰ ਵੀ ਪਹਿਲਾਂ ਪੋਥੀ ਸਾਹਿਬ ਕਹਿੰਦੇ ਸਨ। ਪੋਥੀ ਪਰਮੇਸ਼ਰ ਕਾ ਥਾਨ, ਇਹ ਵਾਹਿਗੁਰੂ ਦਾ ਪਰਮੇਸ਼ਰ ਦਾ ਰੂਪ ਹੈ, ਇਹਨੂੰ ਪਹਿਲਾਂ ਪੋਥੀ ਸਾਹਿਬ ਕਹਿੰਦੇ ਸੀ, ਫਿਰ ਇਹਨੂੰ ਗ੍ਰੰਥ ਸਾਹਿਬ ਕਹਿਣ ਲੱਗ ਪਏ, ਹੁਣ ਆਪਾਂ ਕਹਿੰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੋ ਇਹ ਗੁਰੂ ਬਾਣੀ ਦੀਆਂ ਪੋਥੀਆਂ ਭਾਈ ਮਨੀ ਸਿੰਘ ਜੀ ਕਿਸੇ ਨੂੰ ਜਪਜੀ ਸਾਹਿਬ ਦੀ ਪੋਥੀ ਲਿਖ ਕੇ ਦੇਣੀ, ਕਿਸੇ ਨੂੰ ਪੰਜ ਗ੍ਰੰਥੀ ਲਿਖ ਕੇ ਦੇਣੀ, ਕਿਸੇ ਨੂੰ ਹੋਰ ਕੋਈ ਗੁਰਬਾਣੀ, ਉਹ ਭਾਈ ਮਨੀ ਸਿੰਘ ਦੀ ਸੇਵਾ ਸੀ, ਲਿਖੀ ਜਾਂਦੇ ਸੀ ਅਤੇ ਦੂਜੇ ਬੱਚਿਆਂ ਨੂੰ ਛੋਟਿਆਂ ਨੂੰ ਲਿਖਾਉਣਾ ਸਿਖਾਉਂਦੇ ਵੀ ਸੀ, ਛੋਟੇ ਛੋਟੇ ਬੱਚਿਆਂ ਨੂੰ ਨਾਲ ਬਿਠਾ ਲੈਣਾ ਵੀ ਲਿਖੋ। ਬਾਬਾ ਦੀਪ ਸਿੰਘ ਨੂੰ ਵੀ ਭਾਈ ਮਨੀ ਸਿੰਘ ਨੇ ਸਿਖਾਇਆ ਸੀ ਲਿਖਣਾ। ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਦੇ ਲਿਖਣ ਦੇ ਉਸਤਾਦ ਸਨ। ਸੋ ਭਾਈ ਮਨੀ ਸਿੰਘ ਜੀ ਗੁਰਬਾਣੀ ਦੀਆਂ ਪੋਥੀਆਂ ਲਿਖਦੇ ਹਨ। ਸਵਈਆ
ਹਿੰਦ ਵਿਖੇ ਅੰਧ ਘੋਰ ਮਚਿਓ ਜਬ। ਉਸ ਵੇਲੇ ਔਰੰਗਜ਼ੇਬ ਬਾਦਸ਼ਾਹ ਦਾ ਰਾਜ ਸੀ ਅਤੇ ਬੜਾ ਹਿੰਦੁਸਤਾਨ ਦੇ ਵਿੱਚ ਪੂਰੇ ਭਾਰਤ ਦੇਸ਼ ਦੇ ਵਿੱਚ ਬੜਾ ਅੰਧ ਹਨੇਰਾ ਛਾ ਗਿਆ ਸੀ, ਅੰਧ ਘੋਰ ਪੈ ਗਿਆ ਸੀ। ਹਾਂਜੀ, ਸਾਧੂ ਸੰਤ ਨਹਿ ਦੇਖਣ ਪਾਵਤ, ਕੋਈ ਸਾਧੂ ਸੰਤ ਮਹਾਤਮਾ ਨਜ਼ਰ ਨਹੀਂ ਸੀ ਆਉਂਦਾ। ਜਿਵੇਂ ਬਾਣੀ 'ਚ ਆਉਂਦਾ ਨਾ ਵੀ ਸਾਧ ਨਾ ਦਿਸੇ ਜੱਗ ਵਿੱਚ ਕੋਆ, ਉੱਦਾਂ ਦੀ ਹਾਲਤ ਬਣ ਗਈ ਸੀ। ਸਾਧੂ ਸੰਤ ਲੁਕਦੇ ਫਿਰਦੇ ਸਨ ਕਿਉਂਕਿ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਨੂੰ ਜ਼ਾਲਮ ਸਰਕਾਰ ਕਿਤੇ ਟਿਕਣ ਨਹੀਂ ਸੀ ਦਿੰਦੀ, ਫੜ ਫੜ ਕੇ ਮਾਰਦੇ ਸੀ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਔਰੰਗਜ਼ੇਬ ਦਾ ਰਾਜ ਆ ਗਿਆ, ਬੜਾ ਜ਼ਾਲਮ ਬਾਦਸ਼ਾਹ, ਸਵਾ ਸਵਾ ਮਣ ਜਨੇਊ ਰੋਜ਼ ਤੋੜ ਕੇ ਅਤੇ ਰੋਟੀ ਖਾਂਦਾ ਸੀ। ਕਹਿੰਦਾ ਸੀ ਮੈਂ ਆਪਣੇ ਦੇਸ਼ ਸਾਰੀ ਦੁਨੀਆ ਮੁਸਲਮਾਨ ਬਣਾਉਣੀ, ਕੋਈ ਦੂਜਾ ਧਰਮ ਰਹਿਣ ਨਹੀਂ ਦੇਣਾ। ਹਾਂਜੀ, ਧਰਮ ਦੇ ਥਾਂ ਅਧਰਮ ਹੋਵੇ, ਧਰਮ ਦੇ ਥਾਂ 'ਤੇ ਅਧਰਮ ਹੁੰਦਾ ਸੀ। ਜਿਹੜੀਆਂ ਮਸੀਤਾਂ ਰੱਬ ਦੇ ਭਗਤੀ ਕਰਨ ਵਾਸਤੇ ਬਣੀਆਂ ਨੇ, ਉਹਨਾਂ ਮਸੀਤਾਂ 'ਚ ਲਿਆ ਲਿਆ ਕੇ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ। ਜਿਹੜੇ ਮੰਦਰ ਰੱਬ ਦੀ ਪੂਜਾ ਕਰਨ ਵਾਸਤੇ ਬਣੇ ਨੇ ਉੱਥੇ ਜ਼ਬਰਦਸਤੀ ਗਊਆਂ ਮਾਰ ਕੇ ਉਹਨਾਂ ਦਾ ਖੂਨ ਡੋਲ ਦਿੰਦੇ ਸੀ। ਅਤੇ ਯਾਨੀ ਹਿੰਦੂਆਂ ਦੀਆਂ ਧਰਮ ਸਥਾਨ ਜਿਹੜੇ ਨੇ ਹਿੰਦੂਆਂ ਦੇ, ਉਹਨਾਂ ਨੂੰ ਇੱਦਾਂ ਅਪਵਿੱਤਰ ਕਰ ਦਿੰਦੇ ਸੀ ਅਤੇ ਆਪਣੀਆਂ ਮਸੀਤਾਂ 'ਚ ਲਿਆ ਕੇ ਜ਼ਬਰਦਸਤੀ ਕਰਦੇ ਸੀ, ਉਹ ਵੀ ਅਪਵਿੱਤਰ ਹੋ ਜਾਂਦੀਆਂ ਸੀ। ਯਾਨੀ ਧਰਮ ਸਥਾਨਾਂ 'ਤੇ ਅਧਰਮ ਹੁੰਦਾ ਸੀ, ਧਰਮ ਕਿਤੇ ਰਿਹਾ ਹੀ ਨਹੀਂ ਸੀ। ਹਾਂਜੀ, ਨਹਿ ਰੱਛਕ ਗਊ ਗਰੀਬ ਦਿਖਾਵਤ, ਗਊ ਗਰੀਬ ਦਾ ਕੋਈ ਰਾਖਾ ਨਹੀਂ ਸੀ, ਗਰੀਬ ਦੀ ਕੋਈ ਮਦਦ ਨਹੀਂ ਸੀ ਕਰਦਾ। ਗਰੀਬ ਨੂੰ ਫੜ ਫੜ ਕੇ ਜਿੱਥੇ ਵੀ ਜ਼ਾਲਮ ਸਰਕਾਰ ਉਹ ਜ਼ੁਲਮ ਕਰੀ ਜਾਂਦੀ ਸੀ, ਵੱਡੇ ਲੋਕ ਹਿੰਦੂ ਵੀ ਮੁਸਲਮਾਨ ਵੀ ਜਿਹੜੇ ਵੱਡੇ ਸਨ ਉਹ ਆਪਣੇ ਛੋਟਿਆਂ 'ਤੇ ਜ਼ੁਲਮ ਕਰੀ ਜਾਂਦੇ ਸਨ। ਹਾਂਜੀ, ਤਬ ਤੇਗ ਬਹਾਦਰ ਹਿੰਦ ਕੀ ਚਾਦਰ, ਉਸ ਵੇਲੇ ਮਹਾਰਾਜ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤੇਗ ਬਹਾਦਰ ਸਿਮਰੀਐ ਘਰ ਨੌਨੀ ਦੇ ਆਵੇ ਤਾਂ ਇਹ ਸਭ ਥਾਂ ਹੀ ਹੋਏ ਸਹਾਏ। ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ, ਥੇ ਚੱਕ ਨਾਨਕੀ ਬੀਚ ਬਿਤਾਵਤ, ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਚੱਕ ਮਾਤਾ ਨਾਨਕੀ ਵਿੱਚ ਬੈਠੇ ਸਨ ਅਤੇ ਸੰਗਤਾਂ ਨੂੰ ਭਗਤੀ ਦਾ, ਸਿਮਰਨ ਦਾ, ਨਾਮ ਜਪਣ ਦਾ ਉਪਦੇਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰਹੇ ਸਨ। ਹਾਂਜੀ, ਸੇਵਾ ਹਰੀ ਇਸ ਘੋਰ ਕਲੂ ਮਹਿ, ਉਸ ਕਲਯੁਗ ਦੇ ਘੋਰ ਸਮੇਂ ਵਿੱਚ, ਅੰਧਕਾਰ ਦੇ ਸਮੇਂ ਵਿੱਚ, ਗੁਰੂ ਜੰਝੂ ਟਿੱਕੇ ਕੀ ਲਾਜ ਰਖਾਵਤ, ਮਹਾਰਾਜ ਤਿਲਕ ਜੰਝੂ ਦੇ ਰਾਖੇ ਬਣਨ ਲੱਗੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਇੱਕ ਆਸ ਦੀ ਕਿਰਨ ਸਨ ਹਿੰਦੁਸਤਾਨੀ ਲੋਕਾਂ ਵਾਸਤੇ, ਭਾਰਤੀ ਲੋਕਾਂ ਵਾਸਤੇ ਜਿਨ੍ਹਾਂ ਦਾ ਧਰਮ ਖਤਰੇ 'ਚ ਪੈ ਰਿਹਾ ਸੀ। ਦੋਹਰਾ ਦੁਖੀਏ ਬਿਪਰ ਜੋ ਚੱਲ ਕੇ, ਸਾਧ ਸੰਗਤ ਜੀ, ਦੁਖੀਏ ਬ੍ਰਾਹਮਣ ਕਸ਼ਮੀਰ ਤੋਂ ਚੱਲ ਕੇ ਆਏ ਪੁਰੀ ਆਨੰਦ, ਸ਼੍ਰੀ ਆਨੰਦਪੁਰ ਸਾਹਿਬ ਆਏ ਨੇ। ਇੱਕ ਸ਼ਹਿਰ ਹੈ ਮਟਨ, ਦਾਸ ਉੱਥੇ ਗਿਆ ਹੈ, ਉੱਥੇ ਮਟਨ ਸ਼ਹਿਰ ਕਸ਼ਮੀਰ ਦੇ ਸ਼੍ਰੀਨਗਰ ਤੋਂ 50 ਕੁ ਮੀਲ ਦੀ ਵਾਟ 'ਤੇ ਹੈ। ਉੱਥੇ ਸਾਧ ਸੰਗਤ ਜੀ, ਇੱਕ ਕਿਰਪਾ ਰਾਮ ਬੜਾ ਮਹਾਂਪੁਰਸ਼ ਸਾਧੂ ਬ੍ਰਾਹਮਣ ਸੀਗਾ, ਉਹ ਸਾਰੇ ਕਸ਼ਮੀਰੀ ਪੰਡਿਤਾਂ ਦਾ ਆਗੂ ਸੀ। ਉਹਦੀ ਅਗਵਾਈ ਵਿੱਚ ਇੱਕ ਡੈਪੂਟੇਸ਼ਨ, ਇੱਕ ਜਥਾ ਜਿਹਾ ਬਣ ਕੇ ਪੰਡਿਤਾਂ ਦਾ ਸ਼੍ਰੀ ਅਨੰਦਪੁਰ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਪਹੁੰਚਿਆ। ਹਾਂਜੀ, ਬਾਹੇ ਸਾਡੀ ਪਕੜੀਏ, ਅਤੇ ਉਹਨਾਂ ਨੇ ਆ ਕੇ ਫਰਿਆਦ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ, ਸਤਿਗੁਰੂ ਜੀ ਸਾਡੀ ਬਾਂਹ ਫੜ ਲਓ। ਗੁਰੂ ਹਰਗੋਬਿੰਦ ਕੇ ਚੰਦ, ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਸਨ ਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹਨਾਂ ਦੀ ਆਸ ਤੱਕ ਕੇ ਇਹ ਪੰਡਿਤ ਆਏ। ਕਹਿੰਦੇ ਸੱਚੇ ਪਾਤਸ਼ਾਹ ਸਾਡੇ ਧਰਮ ਦੀ ਰਾਖੀ ਕਰੋ। ਤੇਗ ਬਹਾਦਰ ਜਗਤ ਗੁਰ, ਧੰਨ ਗੁਰੂ ਤੇਗ ਬਹਾਦਰ ਸਾਰੇ ਜਗਤ ਦੇ ਗੁਰੂ ਨੌਵੇਂ ਪਾਤਸ਼ਾਹ ਜੀ, ਸੁਣ ਇਮ ਹਾਹਾਕਾਰ, ਪੰਡਿਤਾਂ ਦੀ ਹਾਹਾਕਾਰ ਦਾਦ ਫਰਿਆਦ ਸੁਣ ਕੇ, ਰੱਛਕ ਗਊ ਗਰੀਬ ਕਾ, ਮਹਾਰਾਜ ਗਊ ਗਰੀਬ ਦੇ ਆਪਣੀ ਸ਼ਰਨ ਆਏ ਦੁਖਿਆਰੀ ਪੰਡਿਤਾਂ ਦੇ ਰਾਖੇ ਬਣ ਗਏ। ਕਲਯੁਗ ਕਾ ਅਵਤਾਰ, ਕਲਯੁਗ ਦੇ ਅਵਤਾਰ ਸਤਿਗੁਰੂ ਮਹਾਰਾਜ ਨੌਵੇਂ ਪਾਤਸ਼ਾਹ ਪਰਮੇਸ਼ਰ ਗੁਰੂ ਨਾਨਕ ਸਾਹਿਬ ਦਾ ਨੌਵਾਂ ਰੂਪ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦੂਆਂ ਦੇ ਬਾਂਹ ਫੜੀ ਹੈ ਉਸ ਵੇਲੇ। ਹਾਂਜੀ, ਚੌਪੀ ਹੱਥ ਜੋਰ ਕਹਿਓ ਕਿਰਪਾ ਰਾਮ, ਉਸ ਵੇਲੇ ਪੰਡਿਤ ਕਿਰਪਾ ਰਾਮ ਮਟਨ ਦਾ ਇਹ ਬ੍ਰਾਹਮਣ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ। ਇਹਦਾ ਨਾਮ ਕਿਰਪਾ ਰਾਮ ਸੀ। ਜਦੋਂ ਮਹਾਰਾਜ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਅਤੇ ਇਹਨੇ ਆਪਣਾ ਨਾਮ ਕਿਰਪਾ ਸਿੰਘ ਰੱਖ ਲਿਆ ਸੀ,
ਅਤੇ ਗੁਰੂ ਮਹਾਰਾਜ ਦੇ ਨਾਲ ਚਮਕੌਰ ਦੇ ਜੰਗ 'ਚ ਸ਼ਹੀਦ ਹੋਇਆ ਸੀ ਇਹ ਕਿਰਪਾ ਰਾਮ ਬਾਹਮਣ ਸਿੰਘ ਸੱਜ ਗਿਆ ਸੀ। ਕਿਰਪਾ ਰਾਮ ਬਾਹਮਣ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ, ਦੱਤ ਬ੍ਰਾਹਮਣ ਮਟਨ ਗ੍ਰਾਮ, ਇਹ ਮਟਨ ਸ਼ਹਿਰ ਦਾ ਦੱਤ ਇਹਨਾਂ ਦਾ ਗੋਤ ਸੀਗਾ ਕਿਰਪਾ ਰਾਮ ਦਾ, ਜਿਵੇਂ ਜ਼ਿਮੀਦਾਰਾਂ ਜੱਟਾਂ ਦੀਆਂ ਜਾਤਾਂ 'ਚ ਬੜੇ ਗੋਤ ਹੁੰਦੇ ਨੇ, ਬ੍ਰਾਹਮਣਾਂ ਦੇ ਵੀ ਬੜੇ ਗੋਤ, ਹਰ ਇੱਕ ਜਾਤ ਵਿੱਚ ਅੱਗੇ ਗੋਤ ਹੁੰਦੇ ਨੇ। ਉਹ ਜਿਹੜਾ ਬਰਸੀਗਾ ਬ੍ਰਾਹਮਣ ਸੀ ਪਰ ਉਹਦੇ ਅੱਗੋਂ ਗੋਤ ਸਨ, ਇੱਕ ਦੱਤ ਗੋਤ ਹੁੰਦਾ, ਦੱਤ ਗੋਤ ਦਾ ਬ੍ਰਾਹਮਣ ਸੀ ਕਿਰਪਾ ਰਾਮ ਦੱਤ, ਮਟਨ ਦਾ ਰਹਿਣ ਵਾਲਾ ਸੀ। ਹਾਂਜੀ, ਹਮਰੋ ਬਲ ਅਬ ਰਹੇ ਨਹਿਕਾਈ, ਕਿਰਪਾ ਰਾਮ ਦੱਤ ਬੇਨਤੀ ਕਰਨ ਲੱਗਾ, ਹੇ ਸੱਚੇ ਪਾਤਸ਼ਾਹ, ਸਾਡੇ 'ਚ ਕੋਈ ਬਲ ਨਹੀਂ ਰਿਹਾ, ਸਾਡੀ ਹੁਣ ਕੋਈ ਪੇਸ਼ ਨਹੀਂ ਜਾਂਦੀ, ਸਾਡਾ ਹੁਣ ਕੋਈ ਚਾਰਾ ਨਹੀਂ, ਸਾਡੇ 'ਤੇ ਬੜੀ ਭਾਰੀ ਜ਼ਾਲਮ ਸਰਕਾਰ ਦੀ ਸਖਤੀ ਹੋ ਰਹੀ ਹੈ, ਉਹ ਸਖਤੀ ਸਾਹਮਣੇ ਸਾਡੀ ਕੋਈ ਪੇਸ਼ ਨਹੀਂ ਜਾਂਦੀ। ਹੇ ਗੁਰੂ ਤੇਗ ਬਹਾਦਰ ਰਾਈ, ਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤੁਸੀਂ ਸਾਡੇ ਧਰਮ ਦੇ ਰਾਖੇ ਬਣੋ। ਗੱਜ ਕੇ ਬੰਧਨ ਕੱਟਣ ਹਾਰੇ, ਜਿਵੇਂ ਹਾਥੀ ਦੇ ਬੰਧਨ ਕੱਟੇ ਸੀ ਨਾ, ਗੱਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਹਾਥੀ ਦੇ ਉਸ ਪ੍ਰਸੰਗ ਨੂੰ ਵਾਰ ਵਾਰ ਚਿਤਰਿਆ ਗਿਆ, ਅਤੇ ਪੁਰਾਣਾ ਇੱਕ ਗ੍ਰੰਥ ਹੈ ਗਜੇਂਦਰ ਮੋਕਸ਼, ਮਹਾਭਾਰਤ ਦੇ ਅੰਦਰ ਵੀ ਆਉਂਦਾ ਅਤੇ ਭਾਗਵਤ ਵਿੱਚ ਵੀ ਕਥਾ ਆਉਂਦੀ ਹੈ, ਬਹੁਤ ਪੁਰਾਣੀ ਚਲੀ ਆਉਂਦੀ ਹੈ, ਵੀ ਹਾਥੀ ਨੂੰ ਤੰਦੂਏ ਨੇ ਪੈਰ ਤੋਂ ਫੜ ਲਿਆ ਅਤੇ ਥੱਲੇ ਖਿੱਚਣ ਲੱਗਾ, ਹਾਥੀ ਡੁੱਬਦਾ ਡੁੱਬਦਾ ਜਦੋਂ ਹਾਥੀ ਨੇ ਦੇਖਿਆ ਵੀ ਹੁਣ ਮੇਰੀ ਜਾਨ ਖਤਰੇ 'ਚ ਹੈ, ਮੈਂ ਬਚ ਨਹੀਂ ਸਕਦਾ, ਉਹਨੇ ਪਰਮੇਸ਼ਰ ਅੱਗੇ ਪੁਕਾਰ ਕੀਤੀ ਅਤੇ ਪਰਮੇਸ਼ਰ ਅਕਾਲ ਪੁਰਖ ਜੀ ਆ ਕੇ ਕਰ ਧਰੇ ਚੱਕਰ, ਬੈਕੁੰਠ 'ਤੇ ਆਏ, ਗਜ ਹਸਤੀ ਕੇ ਪ੍ਰਾਣ ਉਭਾਰੀਏਲੇ, ਦੋ ਸ਼ਾਸਨ ਕੀ ਸਭਾ ਦਰੋਪਦੀ, ਅੰਬਰ ਲੇਤ ਉਭਾਰੀਏਲੇ, ਮਨ ਰਾਮ ਨਾਮਾ ਬੇਦੀਏਲੇ। ਮਹਾਰਾਜ ਦੀ ਬਾਣੀ ਵਿੱਚ ਉਹਨਾਂ ਮਹਾਂਪੁਰਸ਼ਾਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਵਾਹਿਗੁਰੂ ਨੇ ਰੱਖਿਆ ਕੀਤੀ, ਅਤੇ ਕਹਿੰਦੇ ਆ ਵੀ ਉਸ ਗਜ ਹਾਥੀ ਦੀ ਵੀ ਪਰਮੇਸ਼ਰ ਨੇ ਰੱਖਿਆ ਕੀਤੀ। ਹੇ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਵੇਂ ਹਾਥੀ ਦੀ ਤੁਸੀਂ ਰੱਖਿਆ ਕੀਤੀ ਸੀ। ਹਾਂਜੀ, ਤੁਮ ਗੁਰੂ ਨਾਨਕ ਹੈ ਅਵਤਾਰੇ, ਤੁਸੀਂ ਗੁਰੂ ਨਾਨਕ ਦਾ ਅਵਤਾਰ ਹੋ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ। ਜਿਵੇਂ ਦਰੋਪਦੀ ਰਾਖੀ ਲਾਜ, ਜਿਵੇਂ ਦਰੋਪਦੀ ਦੀ ਲਾਜ ਰੱਖੀ ਸੀ ਸਭਾ ਦੇ ਅੰਦਰ, ਅੰਦਰ ਸਭਾ ਦੁਸ਼ਾਸਨੇ, ਮੱਥੇ ਵਾਲ ਦਰੋਪਦੀ ਆਂਦੀ, ਦੂਤਾਂ ਨੂੰ ਫੁਰਮਾਇਆ ਨੰਗੀ ਕਰੋ ਪੰਚਾਲੀ ਬਾਂਧੀ, ਪੰਜੇ ਪਾਂਡੋ ਦੇਖਦੇ ਔਕਟ ਰੁੱਧੀ ਨਾਰ ਜਿਨ੍ਹਾਂ ਦੀ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਉਸ ਵੇਲੇ ਦੁਸ਼ਾਸਨ ਮੱਥੇ ਤੋਂ ਆਪਣੀ ਭਰਜਾਈ ਨੂੰ ਕੇਸਾਂ ਤੋਂ ਘੜੀਸਦਾ ਲੈ ਕੇ ਆਇਆ ਵਾਲਾਂ ਤੋਂ ਫੜ ਕੇ, ਅਤੇ ਦੁਰਯੋਧਨ ਨੇ ਬੜੇ ਮਾੜੇ ਬਚਨ ਕਹੇ, ਕਹਿਣ ਲੱਗਾ ਇਹਦੇ ਇੱਕ ਬਸਤਰ ਉਤਾਰ ਦਿਓ। ਉਸ ਵੇਲੇ ਉਹਨੇ ਸਾਰਿਆਂ ਵੱਲ ਵੇਖਿਆ, ਕਿਸੇ ਨੇ ਉਹਦੀ ਮਦਦ ਨਹੀਂ ਕੀਤੀ, ਹਾਰ ਕੇ ਪਰਮੇਸ਼ਰ ਅੱਗੇ ਅਰਦਾਸ ਕੀਤੀ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ, ਤਾਂ ਕੋ ਦੁੱਖ ਹਰਿਓ ਕਰੁਣਾ ਮੈਂ ਆਪਣੀ ਪੈਜ ਬੜਾਈ। ਭਗਵਾਨ ਨੇ ਆ ਕੇ ਕਹਿੰਦੇ ਦਰੋਪਦੀ ਦੀ ਲਾਜ ਰੱਖ ਲਈ, ਉਹ ਜਿੰਨੇ ਕੱਪੜੇ ਖਿੱਚੀ ਗਏ ਸਾੜੀ ਦੇ ਉਨੇ ਹੀ ਹੋਰ ਆਉਂਦੇ ਗਏ, ਅੰਬਰ ਕੋਟ ਉਸਾਰਿਆਂ, ਕਿਲ੍ਹਾ ਉਸਰ ਗਿਆ ਕੱਪੜਿਆਂ ਦਾ, ਥੱਕੇ ਦੂਤ ਨਾ ਪਾਰ ਵਸਾਂਦੀ, ਦੂਤ ਥੱਕ ਗਏ ਪਰ ਕੋਈ ਜ਼ੋਰ ਨਹੀਂ ਚੱਲਿਆ। ਜਿਵੇਂ ਦਰੋਪਦੀ ਦੀ ਲਾਜ ਰੱਖੀ, ਹੁਣ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤੇਹ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ, ਕਲਯੁਗ ਹੋਏ ਰਾਖੋ ਦਾਸ ਭਾਟ ਕੀ ਲਾਜ। ਇੱਦਾਂ ਅਰਦਾਸ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਕਰ ਰਹੇ ਹਨ। ਹਾਂਜੀ, ਦਿਓ ਸਵਾਰ ਸੁਦਾਮੇ ਕਾਜ, ਮਹਾਰਾਜ ਜਿਵੇਂ ਸੁਦਾਮੇ ਗਰੀਬ ਨੂੰ ਆਪਣੀ ਸ਼ਰਨ ਆਇਆ, ਭਗਵਾਨ ਕ੍ਰਿਸ਼ਨ ਜੀ ਦੇ ਰੂਪ ਵਿੱਚ ਲਾਜ ਰੱਖ ਲਈ ਸੀ ਨਾ, ਕਹਿੰਦੇ ਭਗਵਾਨ ਜੀ ਛੱਡ ਸਿੰਘਾਸਣ ਹਰ ਜੀ ਆਏ, ਨੰਗੇ ਪੈਰੀਂ ਦੌੜੇ ਸਨ ਅਤੇ ਸੁਦਾਮੇ ਨੂੰ ਬੜੇ ਸਨਮਾਨ ਨਾਲ ਲਿਆ ਕੇ ਆਪਣੇ ਆਸਣ 'ਤੇ ਬਿਠਾਇਆ, ਆਪਣੇ ਹੱਥੀਂ ਪੈਰ ਧੋ ਕੇ ਅਤੇ ਸੁਦਾਮੇ ਦੇ ਘਰ ਚਾਰ ਪਦਾਰਥ ਸਕੁ 'ਚ ਬਿਠਾਏ, ਸਾਰਾ ਕੁਝ ਹੀ ਬਖਸ਼ ਦਿੱਤਾ ਸੀ ਜਿਵੇਂ ਸੁਦਾਮੇ ਦੀ ਲਾਜ ਰੱਖੀ ਸੀ। ਫਿਰਤ ਫਿਰਤ ਪ੍ਰਭ ਆਏ ਥਾਰੇ, ਹੇ ਮਹਾਰਾਜ ਅਸੀਂ ਵੀ ਸਾਰੇ ਪਾਸਿਓਂ ਫਿਰ ਫਿਰ ਕੇ ਨਿਰਾਸ਼ ਹੋ ਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੁਹਾਡੇ ਤੋਂ ਬਿਨਾਂ ਮਹਾਰਾਜ ਹੁਣ ਸਾਡਾ ਹੋਰ ਕੋਈ ਚਾਰਾ ਨਹੀਂ ਹੈ।
ਥਾਕ ਪਰੈ ਹੋ ਤੋ ਦਰਬਾਰ। ਕਸ਼ਮੀਰੀ ਪੰਡਿਤ ਕਿਰਪਾ ਰਾਮ ਕਹਿੰਦੇ, ਮਹਾਰਾਜ ਅਸੀਂ ਥੱਕ ਕੇ ਹਾਰ ਕੇ ਹੰਭ ਕੇ ਸਾਰੇ ਪਾਸਿਓਂ ਨਿਰਾਸ਼ ਹੋ ਕੇ ਤੁਹਾਡੀ ਸ਼ਰਨ ਤੱਕੀ ਹੈ। ਹਾਂਜੀ, ਸੇਵਾ ਹਰੀ ਇਮ ਅਰਜ ਗੁਜ਼ਾਰੀ। ਸੇਵਾ ਸਿੰਘ ਜੀ ਕਹਿੰਦੇ, ਇਸ ਤਰ੍ਹਾਂ ਜਦੋਂ ਪੰਡਿਤਾਂ ਨੇ ਬੇਨਤੀ ਕੀਤੀ, ਤੁਮ ਕਲ ਜੋ ਕੇ ਕ੍ਰਿਸ਼ਨ ਮੁਰਾਰੀ। ਹੇ ਮਹਾਰਾਜ, ਜਿਵੇਂ ਭਗਵਾਨ ਕ੍ਰਿਸ਼ਨ ਦੇ ਰੂਪ 'ਚ ਦੁਆਬਰ ਵਿੱਚ ਸੁਦਾਮੇ ਦੀ, ਬਿਦਰ ਦੀ, ਦਰੋਪਦੀ ਦੀ ਲਾਜ ਰੱਖੀ ਸੀ, ਕਲਯੁਗ 'ਚ ਤੁਸੀਂ ਰੱਖਣ ਵਾਲੇ ਹੋ। ਕਲਯੁਗ ਦੇ ਕ੍ਰਿਸ਼ਨ ਮੁਰਾਰੀ ਤੁਸੀਂ ਹੋ, ਕਲਯੁਗ ਦੇ ਅਵਤਾਰ ਤੁਸੀਂ ਹੋ। ਹੁਣ ਦੇਵੀ ਦੇਵਤੇ ਜਿਹੜੇ ਪਿੱਛੇ ਹੋ ਚੁੱਕੇ ਨੇ, ਉਹ ਸਾਡੀ ਸਹਾਇਤਾ ਨਹੀਂ ਕਰ ਸਕਦੇ। ਹੁਣ ਜਿਸ ਕਹਿੰਦੇ ਜਿਹਦਾ ਰਾਜ ਹੋਵੇ ਨਾ, ਉਹਦਾ ਸਿੱਕਾ ਚੱਲਦਾ ਹੁੰਦਾ। ਕਲਯੁਗ ਵਿੱਚ ਰਾਜ ਕਿਹਦਾ? ਕਲਯੁਗ ਦਾ ਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਪਿਛਲੇ ਯੁੱਗਾਂ ਵਿੱਚ ਹੋਰ ਮਹਾਂਪੁਰਸ਼ ਸਨ, ਸ਼੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ ਆਦਿਕ। ਕਲਯੁਗ ਦੇ ਵਿੱਚ ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਬੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕਉ ਰਾਜ ਅਭੈ ਭਗਤ ਹੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ। ਇਸ ਵੇਲੇ ਤੁਹਾਡਾ ਰਾਜ, ਕਲਯੁਗ ਦੇ ਕ੍ਰਿਸ਼ਨ ਮੁਰਾਰੀ ਤੁਸੀਂ ਹੋ। ਹਾਂਜੀ, ਦੋਹਰਾ ਗੁਰਦਰ ਤੇ ਇਮ ਵਿਪਰ ਨੇ। ਇਸ ਤਰ੍ਹਾਂ ਮਹਾਰਾਜ ਦੇ ਚਰਨਾਂ 'ਚ ਉਸ ਪੰਡਿਤ ਨੇ ਬੇਨਤੀ ਫਰਿਆਦ ਦਾਦ ਕੀਤੀ ਹੈ। ਬਿਰਥਾ ਕਹੀ ਸੁਣਾਏ, ਆਪਣੀ ਸਾਰੀ ਮਨ ਦੀ ਬਿਰਥਾ ਸੁਣਾਈ ਹੈ। ਅਵਰ ਵਾਸਨਾ ਨਾਹੇ ਪ੍ਰਭ। ਕਹਿਣ ਲੱਗਾ ਮਹਾਰਾਜ, ਸਾਡੀ ਹੋਰ ਕੋਈ ਮੰਗ ਨਹੀਂ, ਹੋਰ ਕੋਈ ਅਸੀਂ ਤੁਹਾਥੋਂ ਵਾਸਨਾ ਲੈ ਕੇ ਕੋਈ ਮੰਗਣ ਨਹੀਂ ਆਏ। ਜਿਹੜੀ ਚੀਜ਼ ਅਸੀਂ ਮੰਗਦੇ ਹਾਂ ਉਹ ਇਹ ਆ ਵੀ ਸਾਡੇ ਧਰਮ ਦੀ ਰਾਖੀ ਕਰੋ। ਹਾਂਜੀ, ਤੱਕੀ ਤੋ ਸਰਨਾਏ। ਹੁਣ ਤੁਹਾਡੀ ਸ਼ਰਨ ਤੱਕੀ ਹੈ, ਸਾਡੇ ਧਰਮ ਦੀ ਲਾਜ ਰੱਖ ਲਓ, ਸਾਡਾ ਧਰਮ ਡੁੱਬਦਾ ਜਾਂਦਾ ਬੇੜਾ ਬਚਾ ਲਓ, ਬੰਨੇ ਲਾ ਦਿਓ। ਦੋਹਰਾ ਰਵੀ ਚੰਦ ਹੈ ਜਗਤ ਮੈਂ। ਮਹਾਰਾਜ, ਜਿੰਨਾ ਚਿਰ ਚੰਦ ਤੇ ਸੂਰਜ ਧਰਤੀ ਤੇ ਰਹਿਣਗੇ ਜਗਤ ਦੇ ਵਿੱਚ, ਜੋ ਲੋ ਧਰਨ ਆਕਾਸ਼। ਜਿੰਨਾ ਚਿਰ ਧਰਤੀ ਤੇ ਆਕਾਸ਼ ਰਹਿਣਗੇ, ਨਾਮ ਰਹੇ ਸਦੀਵ ਤੋ। ਹੇ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਹਾਡਾ ਨਾਂ ਰਹੇਗਾ ਰਹਿੰਦੀ ਦੁਨੀਆਂ 'ਚ। ਇਸ ਸੱਚਾਈ ਤੋਂ ਕੋਈ ਭੱਜ ਤਾਂ ਨਹੀਂ ਸਕਦਾ, ਭਾਵੇਂ ਜਿੰਨਾ ਮਰਜ਼ੀ ਕੋਈ ਅਕਿਰਤ ਘਣ ਹੋ ਜਾਵੇ। ਇਹ ਗੱਲ ਨੇ ਤੇ ਇਤਿਹਾਸ ਨੇ ਮੁੜ ਮੁੜ ਕੇ ਸਾਹਮਣੇ ਆਉਣਾ ਹੀ ਹੈ ਵੀ ਤਿਲਕ ਜੰਝੂ ਰਾਖਾ ਪ੍ਰਭ ਤਾਂਕਾ, ਕੀਨੋ ਬੜੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਇਹ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਬਿਰਧ ਬਾਣ ਦਾ ਤੁਸੀਂ ਲਾਜ ਰੱਖਣੀ ਹੈ ਨਾ, ਇਹ ਰਹਿੰਦੀ ਦੁਨੀਆਂ ਤੱਕ ਰਹੇਗੀ। ਹਾਂਜੀ, ਪੂਰੋ ਜਨ ਕੀ ਆਸ। ਆਪਣੇ ਜਨਾਂ ਦੀ, ਆਪਣੀ ਸ਼ਰਨ ਆਇਆਂ ਦੀ ਲਾਜ ਰੱਖ ਲਓ ਸੱਜੇ ਪਾਤਸ਼ਾਹ, ਸਾਡੀ ਆਸਾ ਪੂਰੀ ਕਰ ਦਿਓ। ਚੌਪੇ ਤਬ ਸਤਿਗੁਰ ਇਵ ਮਨ ਠਹਿਰਾਈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਦੀ ਬੇਨਤੀ ਸੁਣ ਕੇ ਮਨ ਵਿੱਚ ਸੋਚਿਆ, ਬਿਨ ਸਿਰ ਦੀਏ ਜਗਤ ਦੁੱਖ ਪਾਈ। ਮਹਾਰਾਜ ਕਹਿੰਦੇ, ਸਾਨੂੰ ਆਪਣਾ ਸੀਸ ਦੇਣਾ ਪੈਣਾ, ਬਿਨਾਂ ਸੀਸ ਦਿੱਤਿਆਂ ਜਗਤ ਦੁਖੀ ਹੁੰਦਾ। ਅਤੇ ਪੰਡਿਤਾਂ ਨੂੰ ਪੁੱਛਿਆ ਵੀ ਤੁਹਾਡੇ 'ਚ ਕੋਈ ਮਹਾਂਪੁਰਸ਼ ਸੀਸ ਦੇ ਸਕਦਾ, ਕੋਈ ਤੁਹਾਡਾ ਆਗੂ ਜਿਹੜਾ ਆਪਣੇ ਸੀਸ ਦਾ ਬਲੀਦਾਨ ਦੇਵੇ ਅਤੇ ਜਾ ਕੇ ਆਪਣੇ ਧਰਮ ਵਾਸਤੇ ਡਟ ਜਾਵੇ। ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਇਹ ਤਾਂ ਸੀਸ ਦੇ ਕੇ ਗੱਲ ਬਣਦੀ ਹੈ। ਹਾਂਜੀ, ਦਾਸ ਗੋਬਿੰਦ ਥੀ ਪਾਸ ਬਹਾਇਓ। ਉਸ ਵੇਲੇ ਆਪਣੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ 9 ਸਾਲ ਦੇ ਸਨ, ਕੋਲ ਬਿਠਾ ਲਿਆ, ਕਮਰ ਕੱਸਾ ਸਤਿਗੁਰੂ ਕਰਾਇਓ। ਅਤੇ ਮਹਾਰਾਜ ਨੇ ਜਦੋਂ ਪੰਡਿਤਾਂ ਵੱਲ ਵੇਖਿਆ ਤਾਂ ਪੰਡਿਤਾਂ ਸਿਰ ਨੀਵਾਂ ਕਰ ਗਏ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ, ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੋਈ ਨਹੀਂ, ਹੁਣ ਤੁਸੀਂ ਇਹਨਾਂ ਦੀ ਬਾਂਹ ਫੜੋ। ਅਤੇ ਮਹਾਰਾਜ ਨੇ ਆਪਣੇ ਲਾਲ ਨੂੰ ਗੱਦੀ 'ਤੇ ਬਿਠਾ ਕੇ ਕਮਰ ਕੱਸਾ ਕਰਾ ਦਿੱਤਾ। ਪੈਸੇ ਪੰਜ ਸ੍ਰੀ ਫਲ ਏਕ, 5 ਪੈਸੇ ਤੇ ਨਾਰੀਅਲ ਰੱਖ ਕੇ ਧਰ ਆਗੇ ਦਿਓ ਮਸਤਕ ਟੇਕ, ਗੱਦੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇ ਦਿੱਤੀ। ਬਾਲ ਗੁਰੂ ਤਬ ਕਹਿਓ ਅਲਾਏ, ਤੇ ਬਾਲ ਗੁਰੂ ਸ੍ਰੀ ਗੁਰੂ ਗੋਬਿੰਦ ਰਾਏ ਸਾਹਿਬ ਦਸਮ ਪਾਤਸ਼ਾਹ ਜੀ ਮਹਾਰਾਜ ਬੋਲੇ, ਪਿਤਾ ਗੁਰੂ ਤੋ ਕਰੋ ਸਹਾਏ। ਹੇ ਪਿਤਾ ਜੀ, ਤੁਸੀਂ ਸਾਡੇ ਸਹਾਈ ਰਹਿਣਾ, ਤੁਹਾਡੀ ਕਿਰਪਾ ਨਾਲ ਸਾਰੇ ਕੰਮ ਫਤਿਹ ਹੋਣਗੇ। ਹਾਂਜੀ, ਸੇਵਾ ਹਰੀ ਸੁਨ ਧੀਰਜ ਦੀਨਾ। ਕਹਿੰਦੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪਿਆਰੇ ਪੁੱਤਰ ਗੋਬਿੰਦ ਰਾਏ ਦੇ ਸੀਸ 'ਤੇ ਹੱਥ ਰੱਖਿਆ, ਹੌਸਲਾ ਦਿੱਤਾ ਕਿ ਲਾਲ ਜੀ ਸਦਾ ਹੀ ਗੁਰੂ ਨਾਨਕ ਤੁਹਾਡੇ ਅੰਗ ਸੰਗ ਰਹਿਣਗੇ, ਹਰ ਮੈਦਾਨ ਤੁਹਾਡੀ ਫਤਿਹ ਹੋਵੇਗੀ। ਹਾਂਜੀ, ਦਿੱਲੀ ਦਸਾ ਪਿਆਨਾ ਕੀਨਾ। ਆਪ ਗੁਰੂ ਸਾਹਿਬ ਆਪਣੇ ਪੁੱਤਰ ਨੂੰ ਯਤੀਮ ਕਰਕੇ
ਹਿੰਦੁਸਤਾਨ ਦੇ ਬੱਚਿਆਂ ਨੂੰ ਸਾਡੇ ਵਰਗਿਆਂ ਨੂੰ ਮਾਂ ਬਾਪ ਵਾਲੇ ਬਣਾਇਆ, ਸਾਨੂੰ ਯਤੀਮ ਹੋਣ ਤੋਂ ਬਚਾਇਆ ਅਤੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਸ਼ਹੀਦੀ ਪਾਉਣ ਚਲੇ ਗਏ। ਦੋਹਰਾ ਜੇਠਾ ਮਨੀਆ ਆਦਿ ਸਿੱਖ, ਭਾਈ ਜੇਠਾ ਅਤੇ ਭਾਈ ਮਨੀਆ ਇਹ ਜਿਹੜੇ ਦੋ ਭਰਾ ਸਨ, ਰਹੇ ਦਸਮ ਗੁਰ ਪਾਸ, ਇਹ ਗੁਰੂ ਸਾਹਿਬ ਕੋਲ, ਗੁਰੂ ਗੋਬਿੰਦ ਸਿੰਘ ਜੀ ਕੋਲ। ਜੇਠਾ ਸਾਰਿਆਂ ਤੋਂ ਵੱਡਾ ਸੀ, ਮਨੀ ਰਾਮ ਤੀਜੇ ਨੰਬਰ 'ਤੇ ਸੀ, ਵਿਚਕਾਰਲਾ ਸੀ ਭਾਈ ਦਿਆਲਾ। ਹਾਂਜੀ, ਦਿਆਲਾ ਉਦਾ ਗੈਲ ਗੁਰ, ਭਾਈ ਦਿਆਲਾ ਅਤੇ ਉਦਾ ਗੁਰੂ ਮਹਾਰਾਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਚਲੇ ਗਏ। ਹਾਂਜੀ, ਗਏ ਖਸ਼ਟ ਸਿੱਖ ਖਾਸ, ਖਾਸ ਛੇ ਸਿੱਖ ਜਿਹੜੇ ਸਨ ਗੁਰੂ ਦੇ ਉਹ ਨਾਲ ਗਏ ਸਨ, ਜਿਨ੍ਹਾਂ 'ਚੋਂ ਮਤੀ ਦਾਸ, ਸਤੀ ਦਾਸ ਅਤੇ ਦਿਆਲਾ ਦਿੱਲੀ 'ਚ ਸ਼ਹੀਦ ਹੋਏ ਸਨ, ਅਤੇ ਬਾਕੀ ਸਿੱਖ ਮਹਾਰਾਜ ਦੇ ਸਰੀਰ ਦੀ ਸੇਵਾ ਕਰਨ ਵਾਸਤੇ ਅਤੇ ਹੋਰ ਆਲੇ ਦੁਆਲੇ ਦਾ ਖਿਆਲ ਰੱਖਣ ਵਾਸਤੇ ਉੱਥੇ ਰਹੇ ਸਨ। ਹਾਂਜੀ, ਆਯੂ 35 ਬਰਖ ਕੀ, ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮਹਾਰਾਜ ਦੇ ਸਿੱਖ ਭਾਈ ਮਨੀ ਸਿੰਘ ਦੀ ਉਮਰ 35 ਸਾਲਾਂ ਦੀ ਸੀ। ਹਾਂਜੀ, ਮਨੀ ਸਿੰਘ ਕੀ ਆਹੇ, ਭਾਈ ਮਨੀ ਸਿੰਘ ਉਦੋਂ 35 ਕੁ ਵਰਿਆਂ ਦੇ ਸਨ। ਲਿਖੇ ਲਿਖਾਏ ਪੋਥੀਆਂ, ਕਹਿੰਦੇ ਭਾਈ ਮਨੀ ਸਿੰਘ ਜੀ ਬਾਣੀ ਦੀਆਂ ਪੋਥੀਆਂ ਲਿਖਦੇ ਸਨ, ਪੋਥੀਆਂ ਲਿਖਣ ਦਾ ਕੰਮ ਜਿਹੜਾ ਸੀ ਉਹਨਾਂ ਦਾ ਲਗਾਤਾਰ ਚੱਲਦਾ ਰਹਿੰਦਾ ਸੀ। ਹਾਂਜੀ, ਮਨ ਮਹਿ ਬਹੁ ਉਸਤਾਹੇ, ਮਨ 'ਚ ਬੜਾ ਉਤਸ਼ਾਹ ਬਾਣੀ ਲਿਖਣ ਦਾ, ਇੰਨੀ ਸੋਹਣੀ ਲਿਖਾਈ ਸੀ, ਅਜੇ ਵੀ ਉਹਨਾਂ ਦੇ ਹੱਥ ਦਾ ਲਿਖਿਆ ਦਸਮ ਗ੍ਰੰਥ ਸਾਹਿਬ ਦਾ ਸਰੂਪ ਦਿੱਲੀ ਹਨੂੰਮਾਨ ਰੋਡ 'ਤੇ ਰਾਜਾ ਗੁਲਾਬ ਸਿੰਘ ਸੇਠੀ ਦੇ ਘਰ ਹੈ। ਇੰਨੀ ਸੁੰਦਰ ਲਿਖਤ ਹੈ ਨਾ ਦਸਮ ਦੀ ਸਰੂਪ ਦੀ, ਭਾਈ ਮਨੀ ਸਿੰਘ ਦੇ ਹੱਥ ਦਾ ਲਿਖਿਆ ਹੋਇਆ, ਜਿਵੇਂ ਕੰਪਿਊਟਰ ਵੀ ਨਹੀਂ ਲਿਖ ਸਕਦਾ, ਇੰਨੀ ਸੁੰਦਰ ਲਿਖਾਈ ਸੀ ਉਹਨਾਂ ਦੇ ਹੱਥ ਦੀ। ਬਾਣੀ ਦੀਆਂ ਪੋਥੀਆਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਹੋਰ ਸੈਂਚੀਆਂ ਬਹੁਤ ਲਿਖਦੇ ਰਹਿੰਦੇ ਸਨ। ਹਾਂਜੀ, ਕਵਿਤ ਸੇਵਾ ਸੀ ਗ੍ਰੰਥ ਅਤੇ ਰਹੰਤ ਗੁਰਾਂ ਪਾਸ ਸਦਾ, ਸੇਵਾ ਕਰਦਾ ਰਹਿੰਦਾ ਸੀ ਮਨੀ ਸਿੰਘ ਅਤੇ ਗੁਰਾਂ ਦੇ ਕੋਲ ਰਹਿੰਦਾ ਸੀ। ਬਾਣੀ ਲਿਖਣ ਦੀ ਸੇਵਾ ਬੜੀ ਵੱਡੀ ਸੇਵਾ ਹੈ, ਇਹ ਕੋਈ ਸੌਖਾ ਕੰਮ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਲਿਖਣਾ ਹੋਵੇ ਲਗਾਤਾਰ 8 ਘੰਟੇ ਰੋਜ਼ ਲਿਖੀਏ ਤਾਂ ਸਾਲ ਲੱਗ ਜਾਂਦਾ, ਸੌਖਾ ਕੰਮ ਨਹੀਂ ਹੈ। ਇੱਕ ਸਰੂਪ ਲਿਖਣਾ ਹੋਵੇ 8-9 ਘੰਟੇ ਰੋਜ਼ ਲਿਖੀਏ ਸਾਲ ਫਿਰ ਵੀ ਲੱਗ ਜਾਂਦਾ, ਕਿਉਂਕਿ ਸਾਰਾ ਦਿਨ ਵਿੱਚ ਮਸੀ 5-4 ਪੱਤਰੇ ਲਿਖੇ ਜਾਂਦੇ, ਮਹਾਰਾਜ ਦੇ ਅੰਗ ਲਿਖੇ ਜਾਂਦੇ। ਭਾਈ ਮਨੀ ਸਿੰਘ ਜੀ ਇਸ ਤਰ੍ਹਾਂ ਲਿਖਦੇ ਜਾਂਦੇ ਬਾਣੀ ਦੀ ਪੋਥੀਆਂ, ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ, ਇਹ ਬਾਣੀ ਲਿਖ ਲਿਖ ਕੇ ਪੋਥੀਆਂ ਤਿਆਰ ਕਰ ਕਰਕੇ ਅਤੇ ਗੁਰਸਿੱਖਾਂ ਨੂੰ ਫਰੀ ਦਿੰਦੇ ਸੀ, ਮਾਇਆ ਨਹੀਂ ਸੀ ਲੈਂਦੇ। ਕਹਿੰਦੇ ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ, ਬਾਣੀ ਦੀ ਪੋਥੀ ਦਾ ਮੁੱਲ ਨਹੀਂ ਲੈਣਾ, ਮਾਇਆ ਨਹੀਂ ਲੈਣੀ, ਏਦਾਂ ਹੀ ਸੇਵਾ ਕਰਨੀ। ਹਾਂਜੀ, ਪੜ੍ਹਦਾ ਪੜ੍ਹਾਉਂਦਾ ਤੇ ਜਤਾਉਂਦਾ ਨਹੀਂ ਆਪ ਤਾਈ, ਬਾਣੀ ਪੜ੍ਹਦਾ ਸੀ ਸੰਗਤਾਂ ਨੂੰ, ਬੱਚਿਆਂ ਨੂੰ, ਵਿਦਿਆਰਥੀਆਂ ਨੂੰ, ਸਿੰਘਾਂ ਨੂੰ ਬਾਣੀ ਦੀ ਸੰਥਿਆ ਦਿੰਦਾ ਸੀ, ਆਪਣੇ ਆਪ ਨੂੰ ਜਤਾਉਂਦਾ ਨਹੀਂ ਸੀ ਵੀ ਮੈਂ ਕੁਝ ਹਾਂ। ਨਿਮਾਣਾ ਹੋ ਕੇ ਗੁਰੂ ਘਰ 'ਚ ਮਹਾਰਾਜ ਦੀ ਦਰਗਾਹ ਵਿੱਚ ਦਰਗਹਿ ਮਾਣ ਨਿਮਾਣਾ ਪਾਵੇ, ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ। ਜੇ ਬੰਦਾ ਕਹੇ ਹਾਂ ਮੈਂ ਹੀ ਹਾਂ ਸਾਰਾ ਕੁਛ, ਕੁਛ ਵੀ ਨਹੀਂ ਰਹਿੰਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਮਾੜੀ ਜੀ ਵੀ ਹਉਮੈ ਆ ਜਾਂਦੀ ਉੱਥੇ ਗੁਰੂ ਦੀ ਖੁਸ਼ੀ ਨਹੀਂ ਮਿਲਦੀ। ਭਾਈ ਸਾਹਿਬ ਮਨੀ ਸਿੰਘ ਜੀ ਬਾਣੀ ਪੜ੍ਹਦੇ ਨੇ, ਸਿੰਘਾਂ ਨੂੰ ਪੜ੍ਹਾਉਂਦੇ ਨੇ ਅਤੇ ਆਪਣੇ ਆਪ ਨੂੰ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਨੇ, ਨਿਮਾਣੇ, ਆਪਣੇ ਆਪ ਨੂੰ ਜਤਾਉਂਦੇ ਨਹੀਂ ਕੁਛ ਵੀ। ਹਾਂਜੀ, ਮਨ ਨੀਵਾਂ ਮਤ ਉੱਚੀ ਇਹੋ ਦਿਲ ਧਾਰ, ਇਹ ਮਨ ਨੀਵਾਂ ਅਤੇ ਮਤ ਉੱਚੀ, ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਅਰਦਾਸ 'ਚ ਆਪਾਂ ਬੋਲਦੇ ਹਾਂ ਨਾ, ਇਹ ਅੱਜ ਦਾ ਬੋਲਾ ਨਹੀਂ, ਬੜਾ ਪੁਰਾਤਨ ਹੈ। ਸਿੱਖਾਂ ਦਾ ਮਨ ਨੀਵਾਂ ਅਤੇ ਮਤ ਉੱਚੀ, ਗੁਰੂ ਕੇ ਸਿੱਖਾਂ ਦਾ ਮਨ ਨੀਵਾਂ ਹੈ ਸਾਰਿਆਂ ਤੋਂ ਅਤੇ ਬੁੱਧੀ ਜਿਹੜੀ ਹੈ ਬੜੀ ਉੱਚੀ ਹੈ, ਸੋਚ ਬੜੀ ਉੱਚੀ ਹੈ ਭਾਈ ਮਨੀ ਸਿੰਘ ਸਾਹਿਬ ਜੀ ਦੀ। ਹਾਂਜੀ, ਹਠੀ ਤਪੀ ਪੂਰਾ ਸਿੱਖੀ ਸਿੱਧਕ ਦਾ ਪੁਤਲਾ ਸੀ, ਹਠੀ ਤਪੀ ਜਪੀ ਪੂਰਾ ਸੀ, ਆਪਾਂ ਅਰਦਾਸ ਕਹਿੰਦੇ ਹਠੀਆਂ ਤਪੀਆਂ ਜਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਈ, ਸਿੱਧਕ ਦਾ ਪੂਰਾ ਸੀ, ਗੁਰੂ 'ਤੇ ਪੂਰਾ ਭਰੋਸਾ ਸੀ, ਸਿੱਧਕ ਸੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ। ਹਾਂਜੀ, ਸਾਖੀਆਂ ਸਿੱਧਕ ਦੀਆਂ ਕਰ ਦਾ ਉਚਾਰ, ਇਹ ਉਹ ਸਾਖੀਆਂ ਲਿਖਦਾ ਸੀ ਜਿਨ੍ਹਾਂ ਨੂੰ ਪੜ੍ਹ ਕੇ ਸਿੱਖੀ ਦਾ ਸਿੱਧਕ ਵਧੇ, ਵਿਸ਼ਵਾਸ ਵਧੇ, ਗੁਰੂ ਪ੍ਰਤੀ ਪਿਆਰ ਵਧੇ। ਭਾਈ ਮਨੀ ਸਿੰਘ ਦੀ ਪੋਥੀ ਸਿੱਖਾਂ ਦੀ ਭਗਤ ਮਾਲ ਪੜ੍ਹ ਲਓ ਤੁਸੀਂ, ਇੰਨਾ ਗੁਰੂ ਦਾ ਪਿਆਰ ਹੈ, ਇੰਨਾ ਕੁਝ 'ਚ ਸਮੁੰਦਰ ਬੰਦ ਕੀਤਾ ਹੋਇਆ, ਬਹੁਤ ਗਿਆਨ ਹੈ ਉਸ ਪੋਥੀ ਵਿੱਚ, ਅਤੇ ਭਾਈ ਵੀਰ ਸਿੰਘ ਜੀ ਨੇ ਖਾਲਸਾ ਸਮਾਚਾਰ ਤੋਂ ਛਪਵਾਈ ਹੋਈ, ਹੁਣ ਤਾਂ ਕਈ ਗੁਰਮੁਖਾਂ ਨੇ
ਪਟਿਆਲਾ ਯੂਨੀਵਰਸਿਟੀ ਨੇ ਵੀ ਛਾਪ ਦਿੱਤੀ, ਹੋਰ ਵੀ ਕਿਤੋਂ ਮਿਲ ਜਾਂਦੀ ਹੈ, ਪਰ ਪਹਿਲਾਂ ਭਾਈ ਵੀਰ ਸਿੰਘ ਨੇ ਛਾਪੀ ਸੀ ਅੱਜ ਤੋਂ 100 ਸਾਲ ਪਹਿਲਾਂ। ਉਹ ਪੋਥੀ ਪੜ੍ਹੋ, ਉਹਦਾ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਆਪਣੀ ਕਾਵਿ ਵਿੱਚ ਵੀ ਅਨੁਵਾਦ ਕੀਤਾ ਹੋਇਆ, ਇਹੋ ਜਿਹੀ ਸੁੰਦਰ ਪੋਥੀ। ਹੋਰ ਵੀ ਬੜੀਆਂ ਸਾਖੀਆਂ ਭਾਈ ਮਨੀ ਸਿੰਘ ਜੀ ਸੰਗਤਾਂ ਨੂੰ ਸੁਣਾਇਆ ਕਰਦੇ। ਗੁਰੂ ਨਾਨਕ ਸਾਹਿਬ ਦੀ ਇੱਕ ਜਨਮ ਸਾਖੀ ਵੀ ਉਹਨਾਂ ਨੇ ਲਿਖੀ ਹੈ, ਭਾਈ ਗੁਰ ਮਨੀ ਸਿੰਘ ਨੇ ਭਾਈ ਗੁਰਦਾਸ ਦੀ ਪਹਿਲੀ ਵਾਰ ਦਾ ਟੀਕਾ ਕੀਤਾ ਹੈ। ਹਾਂਜੀ, ਸੇਵਾ ਹਰੀ ਇਵੇਂ ਕਿਵੇਂ ਬੀਤ ਗਏ ਬਰਖ ਕਈ। ਭਾਈ ਸੇਵਾ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਕਰਦਿਆਂ ਕਈ ਸਾਲ ਬੀਤ ਗਏ, ਭਾਈ ਮਨੀ ਸਿੰਘ ਆਨੰਦਪੁਰ ਰਹਿੰਦੇ ਰਹੇ ਅਤੇ ਗੁਰਬਾਣੀ ਦੀਆਂ ਪੋਥੀਆਂ ਲਿਖ ਲਿਖ ਕੇ ਬੱਚਿਆਂ ਨੂੰ ਪੜ੍ਹਾਉਂਦੇ ਰਹੇ। ਸਿੱਖੀ ਦਾ ਪ੍ਰਚਾਰ, ਗੁਰਬਾਣੀ ਦੀ ਸੰਥਿਆ ਦੇਣੀ, ਗੁਰਬਾਣੀ ਦੀ ਕਥਾ ਸਿਖਾਉਣੀ। ਹਾਂਜੀ, ਯੁੱਧ ਦੇ ਕਰਨ ਵਿੱਚ ਵੱਡਾ ਹੁਸ਼ਿਆਰ ਇਹ। ਇਕੱਲਾ ਬਾਣੀ ਪੜ੍ਹਨ ਜੋਗਾ ਨਹੀਂ ਸੀ, ਯੁੱਧ ਕਰਨ ਵਿੱਚ ਵੀ ਬੜਾ ਹੁਸ਼ਿਆਰ ਸੀ, ਕਿਉਂਕਿ ਇਹਨਾਂ ਦੇ ਦਾਦਾ ਜੀ ਭਾਈ ਬੱਲੂ ਜੀ ਉਹ ਮਹਾਰਾਜ 6ਵੇਂ ਪਾਤਸ਼ਾਹ ਦੀ ਫੌਜ ਦੇ ਜਰਨੈਲ ਸਨ, ਯੋਧੇ ਸਨ, ਖਾਨਦਾਨੀ ਰਾਜਪੂਤ ਲੜਾਕੇ ਸਨ, ਪਿੱਛੋਂ ਹੀ ਚੱਲੇ ਆ ਰਹੀ ਸੀ ਦਾਦੇ ਪੜਦਾਦਿਆਂ ਤੋਂ। ਇਸ ਕਰਕੇ ਇਹ ਯੁੱਧ ਦੇ ਕਰਨ ਵਿੱਚ ਵੱਡਾ ਹੁਸ਼ਿਆਰ ਹੈ। ਯੁੱਧ ਵਿੱਚ ਬੜਾ ਤਿਆਰ ਪ੍ਰਤਿਆਰ ਯੋਧਾ ਵੀ ਸੀ ਭਾਈ ਮਨੀ ਸਿੰਘ, ਅੱਗੇ ਉਹਦੇ ਪੁੱਤਰ ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ, ਅਜਬ ਸਿੰਘ, ਸਾਰੇ ਹੀ ਲੜਾਕੇ ਸਨ, ਯੋਧੇ ਸਨ। ਹਾਂਜੀ, ਦੋਹਰਾ ਦੇਸ ਚਾਲ ਕਰ ਪਾਂਵਟੇ। ਫਿਰ ਕੀ ਹੋਇਆ, ਮਹਾਰਾਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਪਾਉਂਟਾ ਸਾਹਿਬ ਚਲੇ ਗਏ। ਬਚਿੱਤਰ ਨਾਟਕ ਵਿੱਚ 10ਵੇਂ ਪਾਤਸ਼ਾਹ ਆਪਣੀ ਕਥਾ ਲਿਖਦੇ ਨੇ, ਦੇਸ਼ ਚਾਲ ਹਮ ਤੇ ਪੁਨ ਪਈ, ਸ਼ਹਿਰ ਪਾਂਵਟਾ ਕੀ ਸੁਧ ਲਈ, ਕਲਿੰਦਰੀ ਤੱਟ ਕਰੇ ਬਿਲਾਸਾ। ਕਲਿੰਦਰੀ ਜਮੁਨਾ ਨੂੰ ਕਹਿੰਦੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਰਾਜ ਵਿੱਚ ਆਓ, ਸਾਡੇ ਰਾਜ ਵਿੱਚ ਚਰਨ ਪਾਓ। 10ਵੇਂ ਪਾਤਸ਼ਾਹ ਆਪਣੀ ਮਾਤਾ ਜੀ ਨੂੰ, ਮਾਤਾ ਗੁਜਰੀ ਜੀ, ਸਾਰੇ ਪਰਿਵਾਰ ਨੂੰ ਲੈ ਕੇ ਸ੍ਰੀ ਪਾਉਂਟਾ ਸਾਹਿਬ ਚਲੇ ਗਏ। ਪਹਿਲਾਂ 8 ਮਹੀਨੇ ਨਾਹਣ ਰਹੇ ਨੇ ਮਹਾਰਾਜ, 8 ਮਹੀਨੇ ਨਾਹਣ ਰਹਿ ਕੇ ਅਤੇ ਫਿਰ ਮਹਾਰਾਜ ਨੇ ਪਾਉਂਟੇ ਵਾਲੀ ਜਗ੍ਹਾ ਪਸੰਦ ਕੀਤੀ ਅਤੇ ਉੱਥੇ ਪਾਮ ਟਿਕਿਆ ਅਤੇ ਜਗ੍ਹਾ ਦਾ ਨਾਮ ਸ੍ਰੀ ਪਾਉਂਟਾ ਸਾਹਿਬ, ਪਾਮ ਟਿਕਾ ਗੁਰੂ ਦਾ। ਘੋੜੇ ਨੇ ਉੱਥੇ ਆ ਕੇ ਮਹਾਰਾਜ ਨੇ ਪੈਰ ਟਿਕਾ ਤਾ, ਅੱਗੇ ਨਹੀਂ ਜਾਂਦਾ। ਮਹਾਰਾਜ ਕਹਿੰਦੇ ਇੱਥੇ ਹੀ ਬਣਾ ਦਿਓ ਫਿਰ ਪਾਉਂਟਾ ਸਾਹਿਬ। ਉੱਥੇ ਮਹਾਰਾਜ ਨੇ ਪਾਉਂਟਾ ਸਾਹਿਬ ਵਸਾ ਦਿੱਤਾ। ਗਏ ਜਮੁਨਾ ਕੇ ਤੀਰ, ਜਮੁਨਾ ਦੇ ਕੰਢੇ ਤੇ ਪਾਉਂਟਾ ਸਾਹਿਬ ਸੋਹਣਾ ਨਗਰ ਵਸ ਗਿਆ। ਮਹਿਲ ਬਣਾਏ ਰਹਿਣੇ ਲੱਗੇ, ਉੱਥੇ ਮਹਿਲ ਬਣਾ ਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਹਿਣ ਲੱਗੇ। ਕਹਿੰਦੇ 12 ਦਿਨਾਂ 'ਚ ਕਿਲ੍ਹਾ ਤਿਆਰ ਕਰਤਾ ਸੀ ਸਿੱਖਾਂ ਨੇ, 12 ਦਿਨਾਂ ਵਿੱਚ ਪੱਥਰ ਲਿਆ ਲਿਆ ਕੇ ਨਾ ਪਾਉਂਟਾ ਸਾਹਿਬ ਉਹ ਬਿਲਡਿੰਗ ਗੁਰੂ ਸਾਹਿਬ ਦੇ ਰਹਿਣ ਵਾਸਤੇ ਘਰ, ਦੀਵਾਨ ਲਾਉਣ ਵਾਸਤੇ ਗੁਰਦੁਆਰਾ, ਲੰਗਰ ਵਰਤਾਉਣ ਵਾਸਤੇ ਲੰਗਰ ਹਾਲ, ਅਤੇ ਸਿੱਖਾਂ ਦੇ ਰਹਿਣ ਵਾਸਤੇ, ਫੌਜਾਂ ਦੇ ਰਹਿਣ ਵਾਸਤੇ, ਘੋੜੇ ਬੰਨਣ ਵਾਸਤੇ, ਜਿੰਨਾ ਕੁ ਕਰ ਸਕਦੇ ਸੀ ਨਾ ਆਲੇ ਦੁਆਲੇ। ਜਮੁਨਾ ਦੇ ਕੰਢੇ 'ਤੇ ਮਹਾਰਾਜ ਸਾਹਿਬ ਨੇ ਰੌਣਕਾਂ ਲਾ ਤੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਪਾਉਂਟਾ ਸ਼ਹਿਰ ਵਸਾ ਦਿੱਤਾ। ਹਾਂਜੀ, ਸ੍ਰੀ ਕਲਗੀਧਰ ਪੀਰ, ਕਲਗੀਧਰ ਪੀਰਾਂ ਦੇ ਪੀਰ, 10ਵੇਂ ਪਾਤਸ਼ਾਹ ਦੀ ਲੀਲਾ ਹੀ ਨਿਆਰੀ ਸੀ, ਹਰ ਕੰਮ ਹੀ ਵੱਖਰਾ ਸੀਗਾ। ਪਾਉਂਟੇ ਸਾਹਿਬ ਜਾ ਕੇ ਮਹਾਰਾਜ ਨੇ ਉੱਥੇ ਲੀਲਾ ਰਚਾ ਦਿੱਤੀ, ਭਾਈ ਮਨੀ ਸਿੰਘ ਨਾਲ ਚਲੇ ਗਏ। ਹਾਂਜੀ, ਬਰਖ 3 ਬੀਤੇ ਜਬੀ, ਉੱਥੇ 3 ਸਾਲ ਭਾਈ ਮਨੀ ਸਿੰਘ ਗੁਰੂ ਸਾਹਿਬ ਦੇ ਕੋਲ ਰਹੇ। ਬਾਣੀ ਮਹਾਰਾਜ 10ਵੇਂ ਪਾਤਸ਼ਾਹ ਉਚਾਰਦੇ ਸੀ, ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਹੋਰ ਵੀ ਬੜੀ ਬਾਣੀ ਉੱਥੇ, ਕ੍ਰਿਸ਼ਨਾ ਅਵਤਾਰ, ਜਦੋਂ ਮਹਾਰਾਜ ਬੋਲਦੇ ਭਾਈ ਮਨੀ ਸਿੰਘ ਲਿਖੀ ਜਾਂਦੇ। ਇੱਕ ਦਿਨ ਮਹਾਰਾਜ ਅਕਾਲ ਉਸਤਤ ਲਿਖਦੇ, ਜਲਸ ਤੂੰ ਹੀ, ਥਲਸ ਤੂੰ ਹੀ, ਬਿਰਸ਼ਸ ਤੂੰ ਹੀ, ਪਤਸ ਤੂੰ ਹੀ, ਅਰਦਸ ਤੂੰ ਹੀ, ਉਰਦਸ ਤੂੰ ਹੀ, ਜਿਮੀ ਤੂੰ ਹੀ, ਜਮਾਂ ਤੂੰ ਹੀ, ਮੱਕੀ ਤੂੰ ਹੀ, ਮਕਾਂ ਤੂੰ ਹੀ, ਅਤੇ ਮਨੀ ਸਿੰਘ ਲਿਖੀ ਜਾਂਦੇ ਅਤੇ ਮਹਾਰਾਜ ਦੀ ਅਲੱਗ ਸੁਰਤੀ। ਮਹਾਰਾਜ ਕਹਿੰਦੇ ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਇਹੋ ਜਿਹੇ ਧਿਆਨ 'ਚ ਮਗਨ ਹੋਏ। 16 ਪੱਤਰੇ ਭਾਈ ਮਨੀ ਸਿੰਘ ਲਿਖੀ ਗਿਆ ਨਾਲ ਨਾਲ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ। ਜਦੋਂ ਮਹਾਰਾਜ ਨੇਤਰ ਖੋਲ੍ਹੇ ਕਹਿੰਦੇ ਭਾਈ ਸਾਹਿਬ ਕਿੰਨੇ ਲਿਖ ਦਿੱਤੇ? ਕਹਿੰਦੇ ਜੀ 16 ਪੱਤਰਿਆਂ 'ਤੇ ਸਿਰਫ ਤੂੰ ਹੀ ਲਿਖਿਆ ਗਿਆ। ਮਹਾਰਾਜ ਕਹਿੰਦੇ 16 ਵਾਰੀ ਰਹਿਣ ਦਿਓ, ਬਾਕੀ ਸਮੇਟ ਦਿਓ। ਉੱਥੇ 16 ਵਾਰੀ ਇਕੱਠੇ ਆਉਂਦਾ, ਤੂੰ ਹੀ, 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 ਤੂੰ ਹੀ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਮਹਾਰਾਜ ਭਾਈ ਮਨੀ ਸਿੰਘ ਤੋਂ ਪਾਉਂਟੇ ਸਾਹਿਬ, ਜਿੱਥੇ ਅੱਜ ਕੱਲ੍ਹ ਕਵੀ ਦਰਬਾਰ ਹੈ ਗੁਰਦੁਆਰਾ ਪਾਉਂਟਾ ਸਾਹਿਬ ਦੇ ਪਿੱਛੇ ਜਮੁਨਾ ਦੇ ਕੰਢੇ 'ਤੇ ਕਵੀ ਦਰਬਾਰ ਹੈ, ਜਮੁਨਾ ਰੌਲਾ ਪਾਉਂਦੀ ਸੀ ਅਤੇ ਮਹਾਰਾਜ ਕਹਿਣ ਲੱਗੇ ਜਮੁਨਾ ਇੱਥੇ ਰੌਲਾ ਨਾ ਪਾਇਆ ਕਰ,
ਅੱਜ ਵੀ ਜਮਨਾ ਉੱਥੇ ਸ਼ਾਂਤ ਚੱਲਦੀ, ਉੱਥੇ ਆਵਾਜ਼ ਨਹੀਂ ਆਉਂਦੀ। ਮੀਲ ਦੋ ਮੀਲ ਪਿੱਛੇ ਚਲੇ ਜਾਓ, ਬੜਾ ਰੌਲਾ ਪਾ ਰਹੀ ਹੈ। ਮੀਲ ਦੋ ਮੀਲ ਅੱਗੇ ਜਾ, ਬੜਾ ਰੌਲਾ ਪਾਉਂਦਾ, ਪਾਣੀ ਛਾਂ ਛਾਂ ਕਰਦਾ। ਉੱਥੇ ਸ਼ਾਂਤ ਹੋ ਕੇ ਜਿਵੇਂ ਹੁਣ ਹੈ ਹੀ ਨਹੀਂ, ਇੱਦਾਂ ਉੱਥੇ ਮਹਾਰਾਜ ਦਸਵੇਂ ਪਾਤਸ਼ਾਹ ਕਲਾ ਵਰਤ ਆਈ ਸੀ। ਹਾਂਜੀ, ਪੁਰੀ ਪਾਵਟੇ ਮਾਹੇ, ਪੁਰੀ ਪਾਉਂਟੇ ਅਨੰਦਪੁਰ ਪਾਉਂਟਾ ਸਾਹਿਬ ਦੀ ਧਰਤੀ 'ਤੇ ਸੱਚੇ ਪਾਤਸ਼ਾਹ ਕਲਗੀ ਧਰ ਬੜੇ ਕੌਤਕ ਕੀਤੇ, ਬੜੀਆਂ ਮਿਹਰਾਂ ਵਰਸਾਈਆਂ। ਹਾਂਜੀ, ਗਾਥਾ ਅੱਗੇ ਜਿਮ ਭਈ, ਉਸ ਤੋਂ ਅੱਗੇ ਹੁਣ ਮਨੀ ਸਿੰਘ ਦੀ ਕਿਉਂ ਕਥਾ ਚੱਲ ਰਹੀ, ਗੁਰੂ ਸਾਹਿਬ ਦੇ ਨਾਲ ਭਾਈ ਮਨੀ ਸਿੰਘ ਕੀ ਕਰਦੇ ਰਹੇ, ਉਹ ਕਥਾ ਲਿਖ ਰਹੇ ਨਾ, ਇਸ ਕਰਕੇ ਕਹਿੰਦੇ ਹੁਣ ਅੱਗੇ ਸੁਣੋ। ਦੂਨ ਦੇਸ਼ ਕੀ ਆਹੇ, ਇਹ ਦੂਨ ਦੇਸ਼ ਨੂੰ ਦੇਹਰਾਦੂਨ ਵੀ ਕਹਿੰਦੇ ਨੇ। ਬਾਬਾ ਰਾਮ ਰਾਏ ਜੀ ਗੁਰੂ ਮਹਾਰਾਜ ਦੇ, ਗੁਰੂ ਹਰਿਰਾਏ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸਨ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਭਰਾਤਾ ਸਨ। ਉਹਨਾਂ ਨੇ ਉਹ ਡੇਰਾ ਜਿਹੜਾ ਸੀ ਦੇਹਰਾਦੂਨ ਬਾਬਾ ਰਾਮ ਰਾਏ ਜੀ ਨੇ ਬਣਾਇਆ ਸੀ। ਹਾਂਜੀ, ਦਵਈਆ ਦਸਮ ਗੁਰੂ ਕੋ ਬੀਚ ਪਾਂਵਟੇ, ਪਾਉਂਟੇ ਸਾਹਿਬ 'ਚ ਦਸਵੇਂ ਪਾਤਸ਼ਾਹ ਬੈਠੇ ਹੋਏ ਹਨ। ਤੀਨ ਬਰਖ ਇਵ ਬੀਤੇ, 3 ਸਾਲ ਬੀਤ ਗਏ ਨੇ ਮਹਾਰਾਜ, 1684 ਦੇ ਵਿੱਚ ਉੱਥੇ ਪਹੁੰਚੇ ਸੀਗੇ, ਅਤੇ 87 ਦੇ ਸਤੰਬਰ ਦੇ ਮਹੀਨੇ ਦੀ ਘਟਨਾ ਵਾਪਰੀ ਹੈ। ਰੋਜ਼ ਰੀਛ ਔ ਸਿੰਘ ਘਨੇ, ਮਹਾਰਾਜ ਨੇ ਇੱਥੇ ਬੜਾ ਸ਼ਿਕਾਰ ਖੇਡਿਆ। ਗੁਰੂ ਸਾਹਿਬ ਇੱਥੇ ਮਹਾਰਾਜ ਲਿਖਦੇ, ਤੈਂ ਕੇ ਸਿੰਘ ਘਨੇ ਚੁਣ ਮਾਰੇ, ਰੋਜ਼ ਰੀਛ ਬਹੁ ਭਾਂਤ ਸੰਘਾਰੇ। ਉੱਥੇ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਅਸੀਂ ਸ਼ਿਕਾਰ ਖੇਡਿਆ, ਬੜੇ ਬੜੇ ਜੰਗਲੀ ਜਾਨਵਰਾਂ ਦਾ, ਖੂੰਖਾਰ ਸ਼ੇਰਾਂ ਦਾ, ਚੀਤਿਆਂ ਦਾ, ਰਿੱਛਾਂ ਦਾ, ਰੋਜ਼ਾਂ ਦਾ ਸ਼ਿਕਾਰ ਮਹਾਰਾਜ ਪਾਉਂਟੇ ਸਾਹਿਬ ਖੇਡਿਆ ਹੈ। ਹਾਂਜੀ, ਗੁਰ ਮਾਰ ਮੁਕਾਏ ਚੀਤੇ, ਮਹਾਰਾਜ ਨੇ ਚੀਤੇ ਸ਼ੇਰ ਮਾਰ ਮੁਕਾਏ, ਬੜੇ ਜੰਗਲੀ ਉੱਥੇ ਉਹ ਥਾਵਾਂ ਬਣੀਆਂ। ਹੁਣ ਤਾਂ ਗੁਰਦੁਆਰੇ ਤਾਂ ਸਭ ਥਾਵਾਂ 'ਤੇ ਬਣ ਨਹੀਂ ਨਾ ਸਕਦੇ, ਕੁਝ ਥਾਵਾਂ 'ਤੇ ਜਿਵੇਂ ਜਿੱਥੇ ਸ਼ੇਰ ਮਾਰਿਆ ਉੱਥੇ ਸ਼ੇਰਗਾਹ ਹੈ, ਅਤੇ ਉੱਥੇ ਜਿਹੜੇ ਪੁਰਾਣੇ ਸਿੰਘ, ਇੱਕ ਨਿਹੰਗ ਸਿੰਘ ਬਾਬਾ ਗੜਗਜ ਸਿੰਘ, ਹੁਣ ਵੀ ਉੱਥੇ ਰਾਗੀ ਗੜਗਜ ਸਿੰਘ ਰਹਿੰਦੇ ਆ, ਉਹ ਉੱਥੇ ਪਿੰਡਾਂ 'ਚ ਬੜੇ ਫਿਰੇ ਹੋਏ, ਉਹ ਦਾਸ ਨੂੰ ਦੱਸਦੇ ਹੁੰਦੇ, ਇੱਥੇ ਮਹਾਰਾਜ ਨੇ ਸ਼ੇਰ ਦਾ ਸ਼ਿਕਾਰ ਕੀਤਾ, ਇੱਥੇ ਮਹਾਰਾਜ ਨੇ ਚੀਤਾ ਮਾਰਿਆ, ਇੱਥੇ ਰਿੱਛ ਮਾਰ, ਉਹ ਪੱਥਰਾਂ ਦੇ ਉੱਤੇ ਉੱਥੇ ਲੋਕਾਂ ਨੇ ਪੱਥਰ ਵਗੈਰਾ ਰੱਖੇ ਹੋਏ ਨਿਸ਼ਾਨੀਆਂ ਵੀ, ਇੱਥੇ ਮਹਾਰਾਜ ਆ ਕੌਤਕ। ਪਰ ਗੁਰਦੁਆਰੇ ਨਹੀਂ ਬਣ ਸਕ, ਗੁਰਦੁਆਰੇ ਉੱਧਰ ਕਿੰਨੇ ਕੁ ਬਣਾਈਏ, ਇੰਨੀ ਥਾਵਾਂ 'ਤੇ ਮਹਾਰਾਜ ਚਰਨ ਪਾਏ, ਜੰਗਲਾਂ ਵੇ ਥਾਂ ਥਾਂ 'ਤੇ, ਅਤੇ ਮਹਾਰਾਜ ਕਹਿੰਦੇ ਤੈਂ ਕੇ ਸਿੰਘ ਘਨੇ ਚੁਣ ਮਾਰੇ, ਉੱਥੋਂ ਦੇ ਸ਼ੇਰ ਚੁਣ ਚੁਣ ਕੇ ਮਾਰੇ, ਅਤੇ ਰੋਜ਼ ਰੀਛ ਬਹੁ ਭਾਂਤ ਬਿਦਾਰੇ, ਭਾਂਤ ਭਾਂਤ ਬਨ ਖੇਲ ਸ਼ਿਕਾਰਾ, ਅਤੇ ਮਾਰੇ ਰੋਜ਼ ਰੀਛ ਚੰਖਾਰਾ। ਇਸ ਤਰ੍ਹਾਂ ਮਹਾਰਾਜ ਸਾਹਿਬ ਦਸਵੇਂ ਪਾਤਸ਼ਾਹ ਜੀ ਨੇ ਇਹ ਕੌਤਕ ਕੀਤੇ ਹਨ। ਦੂਨੋ ਸ੍ਰੀ ਪੰਜਾਬੋ ਪਾਤੀ, ਉਦੋਂ ਦੇਹਰਾਦੂਨ ਤੋਂ ਇੱਕ ਚਿੱਠੀ ਆਈ ਹੈ ਸਤਿਗੁਰ ਵੱਲ ਲਿਖਾਈ, ਮਾਤਾ ਪੰਜਾਬ ਕੌਰ ਜੀ ਨੇ ਚਿੱਠੀ ਭੇਜੀ। ਮਾਤਾ ਪੰਜਾਬ ਕੌਰ ਕੌਣ ਸਨ? ਬਾਬਾ ਰਾਮ ਰਾਏ ਜੀ ਦੀ ਧਰਮ ਪਤਨੀ, ਗੁਰੂ ਹਰ ਰਾਏ ਸਾਹਿਬ ਦੀ ਨੂੰਹ ਸੀਗੀ। ਬਾਬਾ ਰਾਮ ਰਾਏ ਜੀ ਦੇ 4 ਵਿਆਹ ਹੋਏ ਸਨ, ਮਾਤਾ ਰਾਜ ਕੌਰ ਜੀ, ਮਾਤਾ ਪੰਜਾਬ ਕੌਰ ਜੀ, ਮਾਤਾ ਲੜਕੀ ਜੀ, ਮਾਤਾ ਲਾਲ ਕੌਰ ਜੀ, ਜਿਹਨਾਂ 'ਚੋਂ ਮਾਤਾ ਰਾਜ ਕੌਰ ਜੀ ਬਾਬਾ ਰਾਮ ਰਾਏ ਜੀ ਨਾਲ ਉਦੋਂ ਨਾਰਾਜ਼ ਹੋ ਗਏ ਸਨ ਵੀ ਜਦੋਂ ਉਹਨਾਂ ਨੇ ਬਾਣੀ ਦੀ ਪੰਕਤੀ ਬਦਲ ਦਿੱਤੀ ਸੀ, ਮਿੱਟੀ ਮੁਸਲਮਾਨ ਕੀ ਦੀ ਥਾਂ 'ਤੇ ਮਿੱਟੀ ਬੇਈਮਾਨ ਕੀ ਪੜ੍ਹਤਾ ਸੀ, ਅਤੇ ਮਾਤਾ ਰਾਜ ਕੌਰ ਜੀ ਨਾਰਾਜ਼ ਹੋ ਕੇ ਅੰਬਾਲੇ ਦੇ ਚੰਡੀਗੜ੍ਹ ਪੰਚਕੂਲੇ ਦੇ ਲਾਗੇ ਇੱਕ ਪਿੰਡ ਹੈ ਮਨੀ ਮਾਜਰਾ, ਮਨੀ ਮਾਜਰੇ ਆ ਗਏ, ਉੱਥੇ ਗੁਰਦੁਆਰਾ ਮਾਤਾ ਰਾਜ ਕੌਰ ਜੀ ਦਾ ਬਣਿਆ ਹੋਇਆ। ਉੱਥੇ ਮਾਤਾ ਜੀ ਨੇ ਬੜੀਆਂ ਕਰਾਮਾਤਾਂ ਦਿਖਾਈਆਂ ਸਨ, ਸੰਗਤਾਂ ਮੰਨਦੀ, ਉੱਥੇ ਮਾਤਾ ਜੀ ਦਾ ਬੜਾ ਪ੍ਰਤਾਪ, ਜੋ ਬਚਨ ਮੂੰਹ ਤੋਂ ਕੱਢਦੇ ਸੀ ਮਾਤਾ ਰਾਜ ਕੌਰ ਜੀ, ਉਹ ਵੀ ਪੂਰਾ। ਗੁਰੂ ਰਾਏ ਸਾਹਿਬ ਦੀ ਨੂੰਹ ਸੀ ਅਤੇ ਬਾਬਾ ਰਾਮ ਰਾਏ ਜੀ ਦੀ ਧਰਮ ਪਤਨੀ ਸੀ। ਦੂਜੀ ਫਿਰ ਵੱਡੀ ਬਣ ਗਈ ਪੰਜਾਬ ਕੌਰ। ਪੰਜਾਬ ਕੌਰ ਦੀ ਚਿੱਠੀ ਆਈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ। ਹਾਂਜੀ, ਹੇ ਬਾਬਾ ਜੀ ਮੋਰ ਪਤੀ ਜੇ, ਮਾਤਾ ਪੰਜਾਬ ਕੌਰ ਨੇ ਚਿੱਠੀ 'ਚ ਕੀ ਲਿਖਿਆ, ਬੜੀ ਦੁੱਖ ਦੀ ਖਬਰ ਲਿਖੀ ਹੈ। ਹੇ ਬਾਬਾ ਜੀ, ਹੇ ਚਾਚਾ ਜੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਰਾਮ ਰਾਏ ਦੇ ਚਾਚਾ ਜੀ ਲੱਗਦੇ ਸਨ, ਅਤੇ ਉਹ ਮਹਾਰਾਜ ਦੀ ਭਤੀਜੇ ਨੂੰ ਲੱਗਦੀ ਸੀ। ਕਹਿੰਦੀ ਚਾਚਾ ਜੀ, ਮੇਰੇ ਪਤੀ ਬਾਬਾ ਰਾਮ ਰਾਏ ਜੀ ਨੂੰ, ਹਾਂਜੀ, ਗਏ ਪਰਲੋਕ ਸਿਧਾਈ, ਮਸੰਦਾਂ ਨੇ ਜਿਉਂਦੇ ਸਾੜ ਦਿੱਤਾ। ਬਾਬਾ ਰਾਮ ਰਾਏ ਜੀ, ਉਹਨਾਂ ਨੂੰ ਕਿਸੇ ਬਾਹਰ ਦੇਸ਼ ਵਿੱਚ ਕਿਸੇ ਸਿੱਖ ਨੇ ਯਾਦ ਕੀਤਾ ਵੀ ਮੇਰੇ 'ਤੇ ਮੁਸੀਬਤ ਪੈ ਗਈ ਹੈ ਅਤੇ ਬਾਬਾ ਜੀ ਮੇਰੀ ਸਹਾਇਤਾ ਕਰੋ, ਅਤੇ ਬਾਬਾ ਜੀ ਆਪਣੀ ਧਰਮ ਪਤਨੀ ਪੰਜਾਬ ਕੌਰ ਨੂੰ ਕਹਿੰਦੇ, ਪੰਜਾਬ ਕੌਰੇ, ਅਸੀਂ ਆਪਣਾ ਸਰੀਰ ਛੱਡ ਕੇ ਜਾ ਰਹੇ ਹਾਂ,
ਇਸ ਉਹ ਕਮਰਾ ਵੀ ਮੌਜੂਦ ਹੈ ਹੁਣ, ਅਜੇ ਵੀ ਉਹ ਕਮਰਾ 300 ਸਾਲ ਪੁਰਾਣਾ ਖੜ੍ਹਾ, ਜਿਹਦੇ 'ਚ ਬਾਬਾ ਜੀ ਆਪਣਾ ਸਰੀਰ ਛੱਡ ਕੇ ਗਏ। ਕਹਿੰਦੇ ਅਸੀਂ ਜਾ ਰਹੇ ਹਾਂ, ਜਦੋਂ ਉਸ ਕਾਰਜ ਸਿੱਖ ਦਾ ਹੋ ਜਾਏਗਾ ਅਸੀਂ ਵਾਪਸ ਸਰੀਰ 'ਚ ਆ ਜਾਵਾਂਗੇ। ਇੱਕ ਦਿਨ, ਦੋ ਦਿਨ, ਹਫ਼ਤਾ ਵੀ ਲੱਗ ਸਕਦਾ। ਇਹ ਸਿੱਧੀ ਹੁੰਦੀ ਸੀ, ਮਹਾਂਪੁਰਸ਼ਾਂ ਕੋਲ ਆਮ ਗੱਲ ਸੀ। ਇਹ ਤਾਂ ਕਈ ਲੋਕ ਮੇਰੇ ਵਰਗੇ ਕਹਿੰਦੇ ਵੀ ਜੋ ਮੈਂ ਕਰ ਸਕਦਾ ਉਸ ਤੋਂ ਪਰੇ ਕੁਝ ਹੈ ਹੀ ਨਹੀਂ। ਪਰ ਸਾਧ ਸੰਗਤ ਜੀ, ਹਰ ਇੱਕ ਬੰਦੇ ਦੀ ਵੱਖਰੀ ਵੱਖਰੀ ਅਵਸਥਾ ਹੁੰਦੀ ਹੈ, ਮਹਾਂਪੁਰਸ਼ਾਂ ਦੀਆਂ ਗੱਲਾਂ ਵੱਡੀਆਂ ਹੁੰਦੀਆਂ। ਬਾਬਾ ਰਾਮ ਰਾਏ ਜੀ ਕਹਿੰਦੇ, ਪੰਜਾਬ ਕੋਰੇ, ਅਸੀਂ ਭਾਵੇਂ ਹਫ਼ਤੇ ਨੂੰ ਆਈਏ, ਭਾਵੇਂ ਦੋ ਦਿਨਾਂ ਨੂੰ ਆਈਏ, ਸਾਡੇ ਸਰੀਰ ਨੂੰ ਹੱਥ ਨਹੀਂ ਕਿਸੇ ਦਾ ਲੱਗਣਾ ਚਾਹੀਦਾ। ਤੂੰ ਖਿਆਲ ਰੱਖੀ, ਆਪਣਾ ਸਰੀਰ ਛੱਡ ਕੇ ਚਲੇ ਗਏ। ਇੱਧਰ ਮਸੰਦ ਗੁਰਬਖਸ਼ ਅਤੇ ਉਹਦੇ ਨਾਲ ਦੇ ਮਸੰਦਾਂ ਨੇ ਰੌਲਾ ਪਾ ਲਿਆ ਕਿ ਬਾਬਾ ਜੀ ਦੇ ਚਲਾਣਾ ਕਰ ਗਏ ਨੇ, ਸਸਕਾਰ ਕਰੋ। ਮਾਈ ਪੰਜਾਬ ਕੌਰ ਨੇ ਕਿਹਾ, ਨਹੀਂ, ਉਹ ਚਲਾਣਾ ਨਹੀਂ ਕਰ ਗਏ, ਮੈਨੂੰ ਕਹਿ ਗਏ ਵਾਪਸ ਆਉਣਗੇ। ਕਹਿੰਦੇ ਉਹਨਾਂ ਮਸੰਦਾਂ ਨੇ ਮਸੀ 24 ਘੰਟੇ ਕਹਿੰਦੇ ਕੱਟੇ। ਫਿਰ ਤਾਂ ਬਹੁਤ ਇਕੱਠੇ ਹੋ ਗਏ ਸਾਰੇ ਕਿ ਬਾਬਾ ਜੀ ਦਾ ਸਰੀਰ ਖਰਾਬ ਹੋ ਜਾਏਗਾ। ਉਹ ਕਹਿੰਦੀ ਖਰਾਬ ਨਹੀਂ, ਉਹ ਜਿਉਂਦੇ ਨੇ, ਉਹਨਾਂ ਨੇ ਆਉਣਾ, ਸਰੀਰ ਛੱਡ ਕੇ ਗਏ ਨੇ, ਆ ਜਾਣਗੇ। ਕਿਉਂਕਿ ਸਾਧਨਾ ਇੱਕ ਹੁੰਦੀ ਹੈ ਸਰੀਰ ਤੋਂ ਬਾਹਰ ਜਾਣ ਦੀ ਅਤੇ ਆਉਣ ਦੀ, ਇਹ ਯੋਗ ਦੀ ਕਿਰਿਆ ਹੈ, ਮਹਾਂਪੁਰਸ਼ਾਂ ਦੇ ਕੋਲ, ਅਭਿਆਸੀਆਂ ਕੋਲ ਆਮ ਹੁੰਦੀ ਹੈ। ਅਤੇ ਤੁਸੀਂ ਇਹ ਗੱਲ, ਉਹਨਾਂ ਨੇ ਬਾਬਾ ਜੀ ਦਾ ਜ਼ਬਰਦਸਤੀ ਸਰੀਰ ਕੱਢ ਲਿਆ, ਚਿਤਾ ਤਿਆਰ ਕੀਤੀ, ਉੱਤੇ ਰੱਖ ਕੇ ਅੱਗ ਲਾ ਦਿੱਤੀ। ਬਾਬਾ ਰਾਮ ਰਾਜ ਨੂੰ ਪਤਾ ਲੱਗ ਗਿਆ, ਆਏ ਜਦੋਂ ਅੱਧਾ ਸਰੀਰ ਸੜ ਚੁੱਕਾ ਸੀਗਾ, ਅੱਧਾ ਸਰੀਰ ਸੜ ਚੁੱਕਾ। ਆਕਾਸ਼ਬਾਣੀ ਤੋਂ ਬਾਬਾ ਰਾਮ ਰਾਏ ਜੀ ਆਪਣੀ ਧਰਮ ਪਤਨੀ ਪੰਜਾਬ ਕੌਰ ਨੂੰ ਕਹਿੰਦੇ, ਪੰਜਾਬ ਕੌਰੇ, ਹੁਣ ਅਸੀਂ ਇਹ ਸਰੀਰ ਸੜੇ ਹੋਏ 'ਚ ਨਹੀਂ ਆ ਸਕਦੇ, ਇਹਨਾਂ ਦੁਸ਼ਟਾਂ ਨੇ ਇਹਨਾਂ ਦੀ ਮੱਤ ਮਾਰੀ ਗਈ ਹੈ, ਇਹਨਾਂ ਦਾ ਅੰਤ ਸਮਾਂ ਆ ਗਿਆ, ਇਹ ਹੁਣ ਮਸੰਦ ਖਤਮ ਹੋਣਗੇ। ਤੂੰ ਮਹਾਰਾਜ ਦਸਵੇਂ ਪਾਤਸ਼ਾਹ ਮੇਰੇ ਚਾਚਾ ਜੀ ਪੌਂਟਾ ਸਾਹਿਬ ਬੈਠੇ, ਉਹਨਾਂ ਨੂੰ ਬੇਨਤੀ ਕਰ ਕਿ ਉਹ ਆ ਕੇ ਇਹਨਾਂ ਨੂੰ ਸੋਧਾ ਲਾਉਣ। ਕਿਉਂਕਿ ਬਾਬਾ ਰਾਮ ਰਾਏ ਜੀ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਪੰਥ 'ਚੋਂ ਛੇਕ ਦਿੱਤਾ ਸੀ, ਅਤੇ ਬਾਬਾ ਰਾਮ ਰਾਏ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ। ਪਰ ਉਹਨਾਂ ਨੇ ਆਖਿਆ, ਮਹਾਰਾਜ ਮੈਂ ਪੌਂਟੇ ਸਾਹਿਬ ਨਹੀਂ ਆ ਸਕਦਾ ਅਤੇ ਤੁਸੀਂ ਦੇਹਰਾਦੂਨ ਨਹੀਂ ਆ ਸਕਦੇ, ਅਤੇ ਇੱਦਾਂ ਕਰੋ ਆਪਾਂ ਜਮੁਨਾ 'ਚ ਮਿਲਾਂਗੇ। ਗੁਰਪ੍ਰਤਾਪ ਸੂਰਜ 'ਚ ਬੜੇ ਵਿਸਥਾਰ ਨਾਲ ਕਥਾ ਹੈ, ਇੱਕ ਬੇੜੀ 'ਚ ਮਹਾਰਾਜ ਦਸਵੇਂ ਪਾਤਸ਼ਾਹ ਬੈਠ ਕੇ ਜਮੁਨਾ 'ਚ ਇੱਧਰ ਆ ਗਏ, ਇੱਧਰੋਂ ਬਾਬਾ ਜੀ ਬੇੜੀ 'ਚ ਬੈਠ ਕੇ ਅਤੇ ਇੱਕ ਬੇੜੀ 'ਚ ਬਹਿ ਗਏ ਨਦੀ ਜਮੁਨਾ ਦੇ ਵਿੱਚ, ਦੋਵੇਂ ਚਾਚਾ ਭਤੀਜਾ ਬਹਿ ਕੇ। ਅਤੇ ਬਾਬਾ ਰਾਮ ਰਾਏ ਨੇ ਆਖਿਆ, ਮੇਰੀਆਂ ਭੁੱਲਾਂ ਬਖਸ਼ ਦਿਓ ਅਤੇ ਮੈਂ ਮਹਾਰਾਜ ਤੁਹਾਡੇ ਚਰਨਾਂ ਨਾਲ ਜੁੜ ਗਿਆ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਬਾਬਾ ਰਾਮ ਰਾਏ ਜੀ ਬਖਸ਼ੇ ਗਏ। ਪਰ ਬਾਹਰ ਖੜ੍ਹੇ ਸੀ ਰਾਮ ਰਾਈਏ ਮਸੰਦ, ਅਤੇ ਉਹ ਘੁਸਰ ਮੁਸਰ ਕਰਦੇ ਕੰਨਾਂ ਵਿੱਚ ਆਪਣੇ, ਅਤੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ, ਰਾਮ ਰਾਏ, ਉਹ ਆਪਸ 'ਚ ਗੱਲਾਂ ਕੀ ਕਰਦੇ ਨੇ? ਕਹਿੰਦੇ, ਇਹ ਥੋੜ੍ਹੀ ਜਿਹੀ ਉਮਰ ਦਾ ਗੁਰੂ ਬਣਿਆ। ਮਹਾਰਾਜ ਦਸਵੇਂ ਪਾਤਸ਼ਾਹ ਦੀ ਉਮਰ ਉਦੋਂ ਸਾਰੀ 19 ਕੁ ਸਾਲ ਦੀ ਸੀ, 20 ਸਾਲ ਦੀ ਸੀ, ਦਾੜੀ ਵੀ ਨਹੀਂ। ਅਤੇ ਬਾਬਾ ਰਾਮ ਰਾਏ ਜੀ ਦੀ ਉਮਰ ਮਹਾਰਾਜ ਤੋਂ ਜ਼ਿਆਦਾ ਸੀ, ਭਾਵੇਂ ਰਿਸ਼ਤੇ 'ਚੋਂ ਭਤੀਜੇ ਸਨ, ਮਹਾਰਾਜ ਚਾਚੇ ਸਨ, ਪਰ ਮਹਾਰਾਜ ਦੀ ਉਮਰ ਨਾਲੋਂ ਡਬਲ ਉਮਰ ਸੀ ਬਾਬਾ ਰਾਮ ਰਾਏ ਜੀ। ਅਤੇ ਉਹ ਘੁਸਰ ਮੁਸਰ ਆਪਸ 'ਚ ਕਰਦੇ ਨੇ, ਅਤੇ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ, ਬਾਬਾ ਰਾਮ ਰਾਏ, ਤੇਰੀ ਸੰਗਤ ਖੋਟੀ। 3 ਵਾਰੀ ਬਚਨ ਹੋਇਆ, ਰਾਮ ਰਾਏ ਤੂੰ ਤਾਂ ਬਖਸ਼ਿਆ ਗਿਆ, ਰਾਮ ਰਾਈਏ ਨਹੀਂ ਬਖਸ਼ੇ ਜਾਣਗੇ, ਇਹ ਬਚਨ ਹੋਇਆ। ਤਾਂ ਰਾਮ ਰਾਏ ਗੁਰੂ ਸਾਹਿਬ ਨੂੰ ਮਿਲ ਕੇ ਆਪਣੀ ਭੁੱਲ ਬਖਸ਼ਾ ਗਿਆ ਸੀ, ਰਾਮ ਰਾਈਏ ਨਹੀਂ ਬਖਸ਼ੇ ਗਏ। ਉਹਨਾਂ ਦੇ ਅੰਦਰ ਈਰਖਾ ਬਣੀ ਰਹੀ ਗੁਰੂ ਕਲਗੀਧਰ ਪਾਤਸ਼ਾਹ ਨਾਲ, ਅੱਜ ਤੱਕ ਵੀ ਚੱਲਦੀ ਹੈ। ਦਸਵੇਂ ਪਾਤਸ਼ਾਹ ਦੀ ਬਾਣੀ ਦਾ ਸਭ ਤੋਂ ਜ਼ਿਆਦਾ ਪਹਿਲਾਂ ਵਿਰੋਧ ਜਿਹੜਾ ਉਹ ਰਾਮ ਰਾਈਆਂ ਨੇ ਕੀਤਾ ਸੀ, ਰਾਮ ਰਾਈਆਂ ਕੋਲੋਂ ਵਿਰੋਧ ਭਸੌੜੀਆਂ ਨੇ ਲਿਆ ਸੀ, ਅਤੇ ਫਿਰ ਉਹ ਅੱਜ ਤਾਈਂ ਕਰੀ ਜਾਂਦੇ ਆ। ਪਰ ਜਿਹੜੀ ਪੁਰਾਤਨ ਲਿਖਤ ਮਿਲਦੀ ਪੰਡਿਤ ਤਾਰਾ ਸਿੰਘ ਨਰੋਤਮ ਜੀ ਦੀ, ਉਹ ਕਹਿੰਦੇ, ਇੱਕ ਗੁਰੂ ਨਾਨਕ ਦੇਵ ਜੀ ਕੇ ਪੰਥ ਮੇ ਰਾਮ ਰਾਈਏ ਗੁਰੂ ਗੋਬਿੰਦ ਸਿੰਘ ਜੀ ਕੀ ਬਾਣੀ ਕੋ ਨਹੀਂ ਮਾਨਤ ਹੈ ਔਰ ਸਭ ਸਿੱਖ ਮਾਨਤ ਹੈ। ਸੋ ਬਾਬਾ ਰਾਮ ਰਾਏ ਦਾ ਪੰਥ ਜਿਹੜਾ ਉਹ ਪੰਥ ਖਾਲਸੇ ਤੋਂ ਮੁੱਢ ਤੋਂ ਵੱਖਰਾ ਰਿਹਾ, ਦਸਵੇਂ ਪਾਤਸ਼ਾਹ ਦਾ ਵਿਰੋਧ ਹੀ ਕਰਦਾ ਰਹੇ, ਦਸਵੇਂ ਪਾਤਸ਼ਾਹ ਦੀ ਬਾਣੀ ਵੀ ਨਹੀਂ ਸੀ ਪੜ੍ਹਨ ਦਿੰਦੇ। ਤੋ ਇਸ ਤਰ੍ਹਾਂ ਇਹ ਰਾਮ ਰਾਈਏ ਈਰਖਾ ਕਰਦੇ ਸੀ, ਇਹਨਾਂ ਨੇ ਬਾਬਾ ਰਾਮ ਰਾਏ ਨੂੰ ਮਾਰ ਦਿੱਤਾ। ਬੀਬੀ ਪੰਜਾਬੋ ਪੰਜਾਬ ਕੌਰ ਚਿੱਠੀ ਲਿਖਦੀ ਹੈ, ਹੇ ਚਾਚਾ ਜੀ, ਮੇਰੇ ਪਤੀ ਨੂੰ ਇਹਨਾਂ ਨੇ ਜਿਉਂਦਿਆਂ ਸਾੜ ਦਿੱਤਾ ਹੈ। ਹਾਂਜੀ, ਪੜ ਪਾਤੀ ਸ੍ਰੀ ਕਲਗੀਧਰ ਜੀ। ਇਹ ਪਤੀ ਇਹ ਚਿੱਠੀ ਪੜ੍ਹ ਕੇ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਗੈਲ ਮਨੀ ਸਿੰਘ ਲੈ ਕੇ, ਭਾਈ ਮਨੀ ਸਿੰਘ ਨੂੰ ਨਾਲ ਲੈ ਕੇ, ਅਪਰ ਸਿੰਘ ਭੀ
ਗਮਨੇ ਗੁਰ ਸਿਉ ਔਰ ਹੋਰ ਵੀ ਸਿੰਘ ਨਾਲ ਗਏ ਹਨ ਦਸਵੇਂ ਪਾਤਸ਼ਾਹ ਦੇ ਗੁਲਕ ਤੁਫੰਗ ਠੁਕੈ ਕੇ ਬੰਦੂਕਾਂ ਦੇ ਵਿੱਚ ਗੋਲੀਆਂ ਭਰ ਲਈਆਂ ਨੇ ਤੀਰ ਕਮਾਨ ਤੀਰ ਭੱਥੇ ਭਰ ਲਏ ਨੇ ਸ਼ਸਤਰ ਸਜਾ ਲਏ ਨੇ ਵੀ ਹੁਣ ਦੁਸ਼ਟਾਂ ਨੂੰ ਸਿੱਧੇ ਕਰਨਾ ਜਾ ਕੇ ਸੋਧਾ ਲਾਉਣਾ ਮਸੰਦਾਂ ਨੂੰ ਹਾਂਜੀ ਦੂਨੇ ਪਹੁੰਚ ਮਸੰਦਨ ਕੇਰੀ ਅਤੇ ਉੱਥੇ ਜਾ ਕੇ ਡੇਰਾ ਦੂਨ ਮਹਾਰਾਜ ਪਹੁੰਚ ਗਏ ਬੀਬੀ ਪੰਜਾਬ ਕੌਰ ਨੂੰ ਕਹਿਤਾ ਵੀ ਬੇਟਾ ਤੂੰ ਇੱਦਾਂ ਕਰੀ ਤੂੰ ਇਹਨਾਂ ਨੂੰ ਕਹਿ ਦੇਵੀਂ ਵੀ ਤੁਹਾਨੂੰ ਸਾਰਿਆਂ ਨੂੰ ਸਰੋਪੇ ਮਿਲਣੇ ਆ ਅਤੇ ਸਾਰੇ ਆ ਜਾਓ ਭੋਗ ਵਾਲੇ ਦਿਨ ਮਸੰਦਾਂ ਨੂੰ ਇਹ ਕਹਿਤਾ ਵੀ ਤੁਹਾਨੂੰ ਕੈਂਠੇ ਪਾਉਣੇ ਸੋਨੇ ਦੇ ਛਾਪਾਂ ਪਾਣੀਆਂ ਸੋਨੇ ਦੀਆਂ ਸਾਰਿਆਂ ਨੂੰ ਉਹ ਲਾਲਚ ਦੇ ਨਾਲ ਛਾਪਾਂ ਛੱਲਿਆਂ ਦੇ ਲਾਲਚ ਨੂੰ ਸਾਰੇ ਇਕੱਠੇ ਹੋ ਗਏ ਅਤੇ ਦਸਵੇਂ ਪਾਤਸ਼ਾਹ ਐਨ ਭੋਗ ਵਾਲੇ ਦਿਨ ਪਹੁੰਚੇ ਸਵੇਰੇ ਹੀ ਜਾ ਕੇ ਘੇਰਾ ਪਾ ਲਿਆ ਉੱਥੇ ਉਹ ਜਗ੍ਹਾ ਬਣੀ ਹੋਈ ਹੈ ਤੁਸੀਂ ਕਹੋਗੇ ਵੀ ਟੈਲੀਫੋਨ ਕਦੋਂ ਚੱਲਿਆ ਟੈਲੀਫੋਨ 300 ਸਾਲ ਪਹਿਲਾਂ ਦਾ ਉੱਥੇ ਅਜੇ ਵੀ ਮੌਜੂਦ ਹੈ ਉਹ ਟੈਲੀਫੋਨ ਕੀ ਹੈ ਇੱਕ ਇੱਦਾਂ ਦੀ ਲੰਮੀ ਜਿਹੀ ਸਲੈਬ ਹੈ ਉਹਦੇ 'ਚ ਪੈਪ ਪਾਇਆ ਹੋਇਆ ਭਾਈ ਨੰਦ ਚੰਦ ਦੀਵਾਨ ਨੂੰ ਅੰਦਰ ਖੜਾ ਕਰਤਾ ਅਤੇ ਮਨੀ ਸਿੰਘ ਨੂੰ ਬਾਹਰ ਖੜਾ ਕਰਤਾ ਅਤੇ ਅੰਦਰੋਂ ਇੱਦਾਂ ਮੂੰਹ ਭਾਈ ਨੰਦ ਚੰਦ ਕਹਿੰਦਾ ਸੀ ਵੀ ਫਲਾਣੇ ਫਲਾਣੇ ਨੂੰ ਸਰੋਪੇ ਲਈ ਭੇਜ ਦਿਓ ਅਤੇ ਉਹ ਜਿਹੜੇ ਦੋ ਜਿਹੜੇ ਜਾਂਦੇ ਸੀ ਅੰਦਰ ਅਤੇ ਫੜ ਕੇ ਨੰਦ ਚੰਦ ਤੇਲ ਦੇ ਕੜਾਹੇ 'ਚ ਅਤੇ ਗੁੜ ਦੇ ਕੜਾਹੇ 'ਚ ਸੁੱਟ ਦਿੰਦਾ ਸੀ ਸਰੋਪਾ ਦੇ ਕੇ ਗਾਂਹ ਹੀ ਤੋਰ ਦਿੰਦੇ ਸੀਗੇ ਉੱਥੇ ਮਸੰਦ ਸੋਧੇ ਸੀ ਦਸਵੇਂ ਪਾਤਸ਼ਾਹ ਨੇ ਉਹ ਕੜਾਹਿਆ ਵੀ ਮੌਜੂਦ ਹੈ ਬਾਬਾ ਰਾਮ ਰਾਏ ਦੇ ਡੇਰੇ ਦਾਸ ਨੇ ਜਾ ਕੇ ਦਰਸ਼ਨ ਕੀਤੇ ਤੁਸੀਂ ਵੀ ਕਰ ਸਕਦੇ ਹੋ ਦਸਵੇਂ ਪਾਤਸ਼ਾਹ ਜਿਹੜੇ ਥੰਮ ਨਾਲ ਘੋੜਾ ਬੰਨਿਆ ਸੀ ਉਹ ਵੀ ਅਜੇ ਤੱਕ ਮੌਜੂਦ ਹੈ ਰਾਮ ਰਾਈਆਂ ਨੂੰ ਸੋਧਾ ਲਾਇਆ ਜਾ ਕੇ ਸੁਣ ਕੇ ਗੁਰ ਖੁਟਿਆਈ ਮਹਾਰਾਜ ਨੇ ਮਸੰਦਾਂ ਦੀ ਖੁਟਿਆਈ ਸੁਣ ਕੇ ਫਿਰ ਸੋਧ ਦਿੱਤੇ ਮਸੰਦ ਸੇਵਾ ਹਰੀ ਸੋਧਨਾ ਕੀਨੀ ਮਹਾਰਾਜ ਕਹਿੰਦੇ ਮਸੰਦਾਂ ਦੀ ਸੋਧਨਾ ਕੀਤੀ ਸੋਧਾ ਲਾਇਆ ਮਸੰਦਾਂ ਨੂੰ ਰਾਮ ਰਾਈਆਂ ਨੂੰ ਗੁਰ ਗੋਬਿੰਦ ਜਗ ਰਾਈ ਮਹਾਂਬਲੀ ਯੋਧੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਮਸੰਦ ਸੋਧ ਦਿੱਤੇ ਜਿਨ੍ਹਾਂ ਨੇ ਬਾਬਾ ਰਾਮ ਰਾਏ ਜੀ ਨੂੰ ਜਿਉਂਦਿਆਂ ਸਾੜ ਦਿੱਤਾ ਸੀ ਦੋਹਰਾ ਗੋਬਿੰਦ ਸਤਿਗੁਰ ਪਾਤਸ਼ਾਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੁਸ਼ਟਨ ਫਲ ਭੁਗਤਾਏ ਦੁਸ਼ਟਾਂ ਦੀ ਕਰਨੀ ਦਾ ਫਲ ਭੁਗਤਾ ਕੇ ਨਗਰ ਪਾਵਟੇ ਆਏ ਪ੍ਰਭ ਮਹਾਰਾਜ ਮਾਈ ਪੰਜਾਬ ਕੌਰ ਨੂੰ ਸਾਰਾ ਪ੍ਰਬੰਧ ਦੇ ਕੇ ਤੇ ਵਾਪਸ ਸ੍ਰੀ ਪੌਂਟਾ ਸਾਹਿਬ ਆ ਗਏ ਜੈ ਕੀ ਬੰਬ ਵਜਾਏ ਜੈ ਜੈਕਾਰ ਦੇ ਨਗਾਰੇ ਵਜਾਉਂਦੇ ਹੋਏ ਪੌਂਟੇ ਪਹੁੰਚ ਗਏ ਮਹਾਰਾਜ ਦਸਵੇਂ ਪਾਤਸ਼ਾਹ ਜੀ ਕਛੁਕ ਕਾਲ ਇਮ ਬੀਤਿਓ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਨਗਰ ਪਾਵਟੇ ਮਾਹੇ ਪੌਂਟੇ ਸਾਹਿਬ ਦੇ ਵਿੱਚ ਸੰਗਤ ਆਵੇ ਘਨੀ ਤਿਹ ਬੜੀ ਸੰਗਤ ਆਉਂਦੀ ਪੌਂਟੇ ਸਾਹਿਬ ਮਹਾਰਾਜ ਕੋਲ ਸਾਰੇ ਦੇਸ਼ਾਂ ਤੋਂ ਦਰਸ਼ਨ ਕਰਨ ਵਾਸਤੇ ਮਨ ਬਾਂਛਤ ਫਲ ਪਾਏ ਔਰ ਮਨ ਬਾਂਛਤ ਫਲ ਪਾਉਂਦੀ ਹੈ ਸੰਗਤ ਚੌਪਈ ਦੇਸ਼ ਵਿਦੇਸ਼ ਤੇ ਸੰਗਤ ਆਵੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ ਗੋਬਿੰਦ ਗੁਰ ਕਾ ਦਰਸ਼ਨ ਪਾਵੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਦੀ ਹੈ ਪਾਵਨ ਕਵੀ ਗੁਰੂ ਢਿੱਗ ਰਹੇ ਮਹਾਰਾਜ ਕੋਲ 52 ਕਵੀ ਰਹਿੰਦੇ ਬੜੇ ਬੜੇ ਵਿਦਵਾਨ ਕਵੀ ਕੁਵਰੇਸ਼ ਕਵੀ ਹੰਸ ਰਾਏ ਕਵੀ ਅੰਮ੍ਰਿਤ ਰਾਏ ਕਵੀ ਧੰਨਾ ਸਿੰਘ ਕਵੀ ਚੰਦਨ ਇੱਕ ਤੋਂ ਇੱਕ ਚੜ੍ਹਦੇ ਕਵੀ ਅਣੀ ਰਾਏ ਭਾਈ ਨੰਦ ਲਾਲ ਵਰਗੇ ਵੱਡੇ ਵੱਡੇ ਆਲਾ ਦਰਜੇ ਦੇ ਕਵੀ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਰਹਿੰਦੇ ਕਵੀ ਟਹਿਕਣ ਜੀ ਹਾਂਜੀ ਮਨੀਆ ਉਨ ਮਹਿ ਗੁਣੀਆ ਹੈ ਉਹਨਾਂ ਵਿੱਚੋਂ ਮਨੀ ਸਿੰਘ ਵੀ ਇੱਕ ਬੜੇ ਗੁਣੀ ਵਿਦਵਾਨ ਹਨ ਸ੍ਰੀ ਮੁਖ ਤੋਂ ਕਲਗੀ ਧਰ ਆਪੈ ਮਹਾਰਾਜ ਦਸਵੇਂ ਪਾਤਸ਼ਾਹ ਆਪਣੇ ਮੁਖਾਰਬੇ ਤੋਂ ਜਿਹੜੀ ਬਾਣੀ ਰਚਦੇ ਸੀ ਉਹਦੀ ਲਿਖਾਈ ਮਨੀ ਸਿੰਘ ਤੋਂ ਕਰਾਉਂਦੇ ਸੀ ਖਾਸ ਉਹਨਾਂ ਦੇ ਲਿਖਾਰੀ ਜਿਹੜੇ ਸੀ ਦਸਵੇਂ ਪਾਤਸ਼ਾਹ ਦੇ ਜਿਹੜੀ ਆਪਣੀ ਬਾਣੀ ਮਹਾਰਾਜ ਲਿਖ ਬਾਕੀ ਜਿਹੜੇ ਲਿਖਾਰੀ ਕਵੀ ਸੀਗੇ ਉਹ ਆਪਣੀ ਆਪ ਵੀ ਲਿਖਦੇ ਸੀ ਜਾਂ ਆਪਣੇ ਕੋਲ ਚੰਗੇ ਰਾਈਟਰ ਲਿਖਾਰੀ ਰੱਖੇ ਹੋਏ ਸੀ ਪਰ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਸੀ ਉਹਨੂੰ ਭਾਈ ਮਨੀ ਸਿੰਘ ਲਿਖਦੇ ਸੀ ਮਹਾਰਾਜ ਬੋਲੀ ਜਾਂਦੇ ਸੀ ਅਤੇ ਮਨੀ ਸਿੰਘ ਲਿਖੀ ਜਾਂਦਾ ਸੀ ਹਾਂਜੀ ਵੀਰ ਰਸ ਕੀ ਕਥਾ ਅਲਾਪੈ ਇਹ ਵੀਰ ਰਸ ਦੀ ਕਥਾ ਇਹੋ ਜਿਹੀ ਕਥਾ ਮਹਾਰਾਜ ਦਸਵੇਂ ਪਾਤਸ਼ਾਹ ਲਿਖਦੇ ਸੀ ਵੀ ਉਹਨੂੰ ਪੜ੍ਹ ਕੇ ਨਾ ਕਾਇਰ ਵੀ ਜਿਹੜੇ ਨੇ ਯੋਧੇ ਬਣ ਜਾਣ ਸੂਰਮੇ ਬਣ ਜਾਣ ਇਹੋ ਜਿਹੀ ਬਾਣੀ ਚੰਡੀ ਦੀ ਵਾਰ ਅਤੇ ਮਹਾਰਾਜ ਹੋਰ ਬਾਣੀਆਂ ਜੰਗ ਵਾਲੀਆਂ ਸੂਰਮਿਆਂ ਦੀ ਉਚਾਰਨ ਕਰਦੇ ਸੀ ਹਾਂਜੀ ਕ੍ਰਿਸ਼ਨ ਚਰਿੱਤਰ ਮੱਧ ਹੈ ਜਾਨੋ ਜੋ ਭਗਵਾਨ ਕ੍ਰਿਸ਼ਨ ਜੀ ਦੀ ਕਥਾ ਨੂੰ ਲਿਖਿਆ ਉਹ ਪੌਂਟੇ ਸਾਹਿਬ ਲਿਖਿਆ ਉਹਦਾ ਨਾਮ ਹੈ ਕ੍ਰਿਸ਼ਨ ਅਵਤਾਰ ਬੜਾ ਵੱਡਾ ਲਗਭਗ 2492 ਛੰਦ ਹਨ ਉਸ ਦੇ ਮਹਾਰਾਜ ਦਸਵੇਂ ਪਾਤਸ਼ਾਹ ਬਾ ਕਮਾਲ ਸਵਈਏ ਅਤੇ ਕਵਿਤਾ ਅਤੇ ਦੋਹਰੇ ਲਿਖੇ ਹਨ ਹਾਂਜੀ ਖੜਗ ਸਿੰਘ ਕਾ ਯੁੱਧ ਪਛਾਣੋ ਉਹਦੇ ਵਿੱਚੋਂ ਸਭ ਤੋਂ ਜਿਹੜਾ ਬਹੁਤ ਵੀਰ ਰਸ ਵਾਲਾ ਪ੍ਰਸੰਗ ਹੈ ਉਹ ਖੜਗ ਸਿੰਘ ਦਾ ਯੁੱਧ ਹੈ
ਖੜਗ ਸਿੰਘ ਦਾ ਯੁੱਧ ਤਾਂ ਮਹਾਰਾਜ ਨਿਤਨੇਮ ਕਰਦੇ ਸੀਗੇ ਅਤੇ ਪੁਰਾਤਨ ਸਿੰਘਾਂ ਨੂੰ ਜਿਹੜੇ ਮਹਾਰਾਜ ਦੇ ਨਾਲ ਸੀ ਨਾ ਉਹ ਨਿਤਨੇਮ ਨਾਲ ਪੜ੍ਹਿਆ ਕਰਦੇ, ਜਿਵੇਂ ਆਪਾਂ ਸੁਖਮਣੀ ਸਾਹਿਬ ਪੜ੍ਹਦੇ ਹਾਂ ਨਾ, ਇੱਦਾਂ ਖੜਗ ਸਿੰਘ ਦਾ ਯੁੱਧ ਪੁਰਾਣੇ ਸਿੰਘ ਪੜ੍ਹਿਆ ਕਰਦੇ ਸੀ। ਉਹ ਦਸਵੇਂ ਪਾਤਸ਼ਾਹ ਦੀ ਸੁਰਤ ਵਿੱਚੋਂ, ਅਨੁਭਵ ਵਿੱਚੋਂ ਪੈਦਾ ਹੋਇਆ। ਤੁਸੀਂ ਹਿੰਦੂਆਂ ਦੇ ਗ੍ਰੰਥ ਪੜ੍ਹ ਲਓ, ਉਹਨਾਂ 'ਚ ਤੁਹਾਨੂੰ ਖੜਗ ਸਿੰਘ ਦੀ ਕਥਾ ਨਹੀਂ ਮਿਲਦੀ। ਖੜਗ ਸਿੰਘ ਦਾ ਪ੍ਰਸੰਗ ਦਸਵੇਂ ਪਾਤਸ਼ਾਹ ਨੇ ਆਪ ਕ੍ਰਿਸ਼ਨ ਅਵਤਾਰ ਦੇ ਵਿੱਚ ਲਿਖਿਆ। ਕਦੀ ਉਹਦੀ ਵਿਆਖਿਆ ਕਰੀਏ ਫਿਰ ਪਤਾ ਲੱਗਦਾ ਵੀ ਕਮਾਲ ਦੀ ਸੱਚੇ ਪਾਤਸ਼ਾਹ ਨੇ ਰਚਨਾ ਕੀਤੀ ਹੈ। ਹਾਂਜੀ, ਜਿਸ 'ਤੇ ਸੁਨਤ ਕਾਇਰਤਾ ਭਾਗੈ, ਇਹੋ ਜਿਹੀ ਕਥਾ ਖੜਗ ਸਿੰਘ ਦੀ ਲਿਖੀ ਦਸਵੇਂ ਪਾਤਸ਼ਾਹ ਨੇ ਆਪਣੇ ਅਨੁਭਵ ਦੇ ਵਿੱਚੋਂ, ਵੀ ਜਿਸ ਨੂੰ ਸੁਣ ਕੇ ਕਾਇਰਤਾ ਬੁੱਝਦਿਲੀ ਤਾਂ ਭੱਜ ਜਾਂਦੀ ਹੈ, ਮਾੜੇ ਤੋਂ ਮਾੜਾ ਬੰਦਾ ਵੀ ਤਲਵਾਰ ਚੁੱਕ ਕੇ ਲੜਨ ਜੋਗਾ ਬਣ ਜਾਂਦਾ। ਹਾਂਜੀ, ਧਰਮ ਯੁੱਧ ਮਹਿ ਹੋਏ ਅਨੁਰਾਗੈ, ਧਰਮ ਦਾ ਯੁੱਧ ਕਰਨ ਵਿੱਚ ਉਹਦਾ ਪ੍ਰੇਮ ਬਣ ਜਾਂਦਾ, ਹੌਸਲਾ ਬਣ ਜਾਂਦਾ, ਉਹਦੇ ਅੰਦਰ ਵੀਰਤਾ ਜਾਗ ਪੈਂਦੀ ਹੈ। ਹਾਂਜੀ, ਸੇਵਾ ਹਰੀ ਮਨੀ ਸਿੰਘ ਵੀਰ, ਭਾਈ ਸੇਵਾ ਸਿੰਘ ਜੀ ਕਹਿੰਦੇ ਮਨੀ ਸਿੰਘ ਜੀ ਇਹ ਬਾਣੀ ਲਿਖਦੇ ਸੀ, ਦਸਵੇਂ ਪਾਤਸ਼ਾਹ ਜੀ ਇਹ ਬਾਣੀ ਉਚਾਰਦੇ ਸੀ। ਹਾਂਜੀ, ਜਿਮ ਗਏ ਮਾਤ ਪੰਜਾਬੋ ਤੀਰ, ਜਦੋਂ ਅਗਲਾ ਸਾਲ ਆਇਆ, ਬਾਬੇ ਰਾਮ ਰਾਏ ਦੀ ਬਰਸੀ ਆਈ, 4 ਸਤੰਬਰ 1687 ਨੂੰ ਬਾਬਾ ਰਾਮ ਰਾਏ ਜੀ ਸੱਚਖੰਡ ਗਏ ਨੇ, ਅਗਲੇ ਸਾਲ 88 ਦੇ ਵਿੱਚ ਬਰਸੀ ਆ ਗਈ, ਪੰਜਾਬੋ ਮਾਈ ਦੀ ਚਿੱਠੀ ਆਈ ਮਾਈ ਪੰਜਾਬ ਕੌਰ ਦੀ ਕਿ ਚਾਚਾ ਜੀ ਤੁਹਾਡੇ ਭਤੀਜੇ ਦੀ ਬਾਬੇ ਰਾਮ ਰਾਏ ਜੀ ਦੀ ਬਰਸੀ ਹੈ, ਤੁਸੀਂ ਆਓ। ਦਸਵੇਂ ਪਾਤਸ਼ਾਹ ਆਪ ਨਹੀਂ ਗਏ, ਭਾਈ ਮਨੀ ਸਿੰਘ ਦੇ ਦੀਵਾਨ ਆਨੰਦ ਚੰਦ 50 ਸਿੱਖਾਂ ਦਾ ਜਥਾ ਭੇਜ ਦਿੱਤਾ। ਹਾਂਜੀ, ਦੋਹਰਾ ਪਾਤੀ ਗੁਰ ਦਸਮੇਸ਼ ਕੋ, ਗੁਰੂ ਦਸਵੇਂ ਪਾਤਸ਼ਾਹ ਨੂੰ ਫਿਰ ਚਿੱਠੀ ਆਈ ਸਲਾਨਾ ਬਰਸੀ ਦੀ। ਹਾਂਜੀ, ਲਿਖ ਕਰ ਦੇਈ ਪਠਾਏ, ਮਾਤਾ ਪੰਜਾਬ ਕੌਰ ਜੀ ਨੇ ਲਿਖ ਕੇ ਭੇਜੀ, ਮਾਤ ਪੰਜਾਬੋ ਦੂਨ ਤੇ, ਮਾਤਾ ਪੰਜਾਬੋ ਨੇ ਪੰਜਾਬ ਕੌਰ ਨੇ ਦੇਹਰਾਦੂਨ ਤੋਂ ਭੇਜੀ, ਨਗਰ ਪਾਵਟੇ ਮਾਹੇ, ਪਾਉਂਟੇ ਸਾਹਿਬ ਇਹ ਚਿੱਠੀ ਪਹੁੰਚੀ, ਦਸਵੇਂ ਪਾਤਸ਼ਾਹ ਨੂੰ ਸੱਦਿਆ, ਮਹਾਰਾਜ ਜੀ ਤੁਸੀਂ ਬਰਸੀ ਤੇ ਆਓ। ਹਾਂਜੀ, ਮਨੀ ਸਿੰਘ ਥੀ ਆਦਲੈ, ਮਹਾਰਾਜ ਆਪ ਨਹੀਂ ਗਏ ਪਰ ਮਨੀ ਸਿੰਘ ਤੇ ਦੀਵਾਨ ਆਨੰਦ ਚੰਦ, ਦੋ ਵੱਡੇ ਦੀਵਾਨ ਸਨ ਗੁਰੂ ਦੇ, ਮਨੀ ਸਿੰਘ ਦੀਵਾਨ ਤੇ ਦੀਵਾਨ ਆਨੰਦ ਚੰਦ। ਹਾਂਜੀ, ਨਾਮੀ ਨਾਮੀ ਵੀਰ, ਨਾਲ ਚੰਗੇ ਚੰਗੇ ਯੋਧੇ ਸੂਰਮੇ, ਉਹ ਪੰਡਿਤ ਦਇਆ ਰਾਮ ਜੀ ਵਰਗੇ, ਭਾਈ ਸੰਗੋ ਸ਼ਾਹ ਵਰਗੇ, ਜੀਤ ਮੱਲ ਵਰਗੇ ਗੁਰੂ ਸਾਹਿਬ ਜੀ ਨੇ ਉਹ ਭੇਜ ਦਿੱਤੇ। ਹਾਂਜੀ, ਭੇਜੇ ਇਵ ਦਸਮੇਸ਼ ਗੁਰ, ਦਸਵੇਂ ਪਾਤਸ਼ਾਹ ਨੇ ਚੰਗੇ ਚੰਗੇ 94 ਸਿੱਖ ਭੇਜੇ ਉੱਥੇ। ਹਾਂਜੀ, ਮਾਤ ਪੰਜਾਬੋ ਤੀਰ, ਮਾਤਾ ਪੰਜਾਬੋ ਜੀ ਨੂੰ ਜਾ ਕੇ ਮਿਲੇ, ਮੱਥਾ ਟੇਕਿਆ ਤੇ ਬੇਨਤੀ ਕੀਤੀ, ਮਾਤਾ ਜੀ ਅਸੀਂ ਗੁਰੂ ਸਾਹਿਬ ਵੱਲੋਂ ਆਏ ਹਾਂ, ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਹਾਜ਼ਰੀ ਲਵਾ ਲਓ, ਉਹ ਨਹੀਂ ਆ ਸਕੇ ਤੇ ਅਸੀਂ ਆਏ। ਹਾਂਜੀ, ਚੌਪੇ ਇੱਕ ਗੁਰਬਖਸ਼ ਮਹਾਂ ਅਗਿਆਨੀ, ਉਹਨਾਂ ਵਿੱਚ ਇੱਕ ਰਾਮ ਰਾਈਆਂ ਵਿੱਚੋਂ ਗੁਰਬਖਸ਼ ਸੀਗਾ, ਬੜਾ ਅਗਿਆਨੀ, ਉਹ ਗੁਰੂ ਗੋਬਿੰਦ ਸਿੰਘ ਨਾਲ ਖਾਰ ਖਾਣ ਲੱਗ ਪਿਆ ਸੀ। ਕਿਉਂ ਖਾਂਦਾ ਸੀ? ਵੀ ਗੁਰੂ ਨੇ ਰਾਮ ਰਾਈਏ ਸਾੜ ਦਿੱਤੇ ਸੀ ਪਿਛਲੇ ਸਾਲ, ਅਤੇ ਰਾਮ ਰਾਈਆਂ 'ਚੋਂ ਉਹ ਜਿਹੜਾ ਸੀ ਬੜਾ ਦੁਸ਼ਟ ਸੀ। ਗੁਰਬਖਸ਼ ਵੀ ਦੋ ਹੋਏ ਨੇ, ਕਈ ਵਾਰੀ ਭੁਲੇਖਾ ਲੱਗ ਜਾਂਦਾ ਤਾਂ ਦੱਸ ਦੇਣਾ ਜ਼ਰੂਰੀ ਹੈ। ਇੱਕ ਬਾਬਾ ਗੁਰਬਖਸ਼ ਜੀ ਉਦਾਸੀ ਹੋਏ ਨੇ, ਮਹਾਂਦੇਵ ਦੇ ਚੇਲੇ, ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਆਨੰਦਪੁਰ ਦਾ ਕਿਲ੍ਹਾ ਛੱਡਣ ਲੱਗਿਆ ਗੁਰਦੁਆਰਾ ਸੀਸਗੰਜ ਸਾਹਿਬ ਦੀ ਦੀਵਾ ਦੀ ਝਾੜੂ ਦੀ ਸੇਵਾ ਦੇ ਕੇ ਗਏ। ਦੀਵੇ ਝਾੜੂ ਦੀ ਸੇਵਾ ਆਨੰਦਪੁਰ ਸਾਹਿਬ ਦੀ, ਸੀਸਗੰਜ ਸਾਹਿਬ ਦੀ, ਬਾਬਾ ਗੁਰਬਖਸ਼ ਉਦਾਸੀ ਮਹਾਂਪੁਰਸ਼ ਨੂੰ ਦਸਵੇਂ ਪਾਤਸ਼ਾਹ ਨੇ ਛੱਡਿਆ, ਉਹ ਗੁਰਬਖਸ਼ ਹੋਰ ਹੋਇਆ। ਇਹ ਗੁਰਬਖਸ਼ ਰਾਮ ਰਾਈਆ ਸੀ ਜਿਹਦੀ ਗੱਲ ਇੱਥੇ ਆਈ, ਇਹ ਦੇਹਰਾਦੂਨ ਰਹਿੰਦਾ ਸੀ। ਮਾਤਾ ਪੰਜਾਬੋ ਜਿਹੜਾ ਕੰਮ ਕਹਿੰਦੀ ਸੀ ਉਹਦੇ ਉਲਟਾ ਚੱਲਦਾ ਸੀ, ਜਿਹੜਾ ਕੰਮ ਬਾਬਾ ਰਾਮ ਰਾਏ ਜੀ ਨੂੰ ਮਾਰਨ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਮਸੰਦ ਸਾੜ ਦਿੱਤੇ, ਉਹਦੀ ਮਨ 'ਚ ਖੁੰਦਕ ਰੱਖਦਾ ਸੀ ਬੜੀ। ਹਾਂਜੀ, ਦੁਸ਼ਟ ਕਪੱਤਾ ਥੀ ਅਭਿਮਾਨੀ, ਬੜਾ ਹੰਕਾਰੀ ਸੀ, ਦੁਸ਼ਟ ਬੰਦਾ ਸੀ, ਗੁਰੂ ਘਰ ਦੀ ਪੂਜਾ ਖਾ ਖਾ ਕੇ, ਮਾਇਆ ਲੈ ਕੇ ਸੰਗਤਾਂ ਦੀ ਅੰਨਾ ਹੋਇਆ ਪਿਆ ਸੀ। ਹਾਂਜੀ, ਤੁਲਮ ਤੰਗ ਦੇਹ ਜਿਸ ਕੇਰੀ, ਕਹਿੰਦੇ ਹਾਥੀ ਵਰਗੀ ਦੇਹ ਸੀ, ਕੜਾਹ ਪ੍ਰਸ਼ਾਦ ਦੀਆਂ ਪ੍ਰਾਤਾਂ ਖਾਣ ਵਾਲਾ ਹੋਵੇ, ਗੁਰੂ ਘਰ ਦੀ ਮਾਇਆ ਖਾ ਖਾ ਕੇ, ਕਹਿੰਦੇ ਹਾਥੀ ਵਰਗਾ ਲੰਮਾ ਉੱਚਾ 6-7 ਫੁੱਟਾ, ਐਡਾ ਮੋਟਾ ਤਾਜ਼ਾ, ਅਤੇ ਇਹਦਾ ਝੂਮ ਝੂਮ ਕੇ ਤੁਰਦਾ ਸੀ ਜਿਵੇਂ ਹਾਥੀ ਤੁਰਦਾ। ਹਾਂਜੀ, ਮੰਦ ਮੱਤ ਜਿਹੇ ਅੰਬਰ ਗੇਰੀ, ਅਤੇ ਕਹਿੰਦੇ ਭਗਵੇਂ ਕੱਪੜੇ ਪਾਏ, ਮੱਥੇ 'ਤੇ ਦਸਤਾਰ ਬੜੀ ਚਮਕਵੀਂ ਬੰਨਣੀ, ਅਤੇ ਗਲ ਜਮਾਲਾ ਵੀ 2-3 ਪਾਈਆਂ ਹੋਣੀਆਂ, ਬਾਬਾ ਜੀ ਹੁੰਦੀ ਸੀ, ਬੜਾ ਤਗੜਾ, ਆਪਣੇ ਆਪ ਨੂੰ ਪਖੰਡੀ ਸੀਗਾ, ਅਤੇ ਬਾਬੇ ਰਾਮ ਰਾਏ ਤੋਂ ਬਾਅਦ ਉਹ ਸਮਝਦਾ ਸੀ ਵੀ ਮੈਂ ਹੀ ਮਾਲਕ ਹਾਂ ਇੱਥੋਂ ਦਾ। ਮਾਈ ਪੰਜਾਬ ਕੌਰ ਨੂੰ ਤਾਂ ਵਿਚਾਰੀ ਨੂੰ ਉਂਝ ਸਮਝਦਾ ਹੀ ਨਹੀਂ ਸੀ, ਕੁਝ ਡਰਾ ਛੱਡਦਾ ਸੀ, ਮਾਤਾ ਤੈਨੂੰ ਕੀ ਪਤਾ ਤੂੰ ਚੁੱਪ ਰਿਹਾ ਕਰ, ਉੱਦਾਂ ਮਾਤਾ ਜੀ ਕਰ ਛੱਡਣਾ, ਪਰ ਮਾਤਾ ਜੀ ਦੀ ਗੱਲ ਕੋਈ ਨਹੀਂ ਮੰਨਦਾ ਸੀ। ਹਾਂਜੀ,
ਪੂਜਾ ਖਾਏ ਮੱਤ ਜਿਹ ਮਾਰੀ। ਉਸ ਗੁਰਬਖਸ਼ ਦੀ ਪੂਜਾ ਖਾ ਕੇ ਨਾ ਮੱਤ ਮਾਰੀ ਗਈ ਸੀ। ਪੂਜਾ ਦਾ ਧਾਨ ਕਹਿੰਦੇ ਗੁਰਦੁਆਰੇ ਦੀਆਂ ਰੋਟੀਆਂ, ਤਿੰਨ ਕੰਮ ਕਰੇਣ, ਹੱਡ ਗਾਲਣ, ਮੱਤ ਮਾਰਨ, ਕੰਮ ਕਰਨ ਨਾ ਦੇਣ। ਜੇ ਭਾਵਨਾ ਨਾ ਨਾ ਹੋਵੇ, ਸ਼ਰਧਾ ਨਾ ਹੋਵੇ, ਤਾਂ ਫਿਰ ਸਾਧ ਸੰਗਤ ਜੀ ਇੱਦਾਂ ਹੀ ਕੰਮ ਹੁੰਦਾ। ਫਿਰ ਉਹ ਪੂਜਾ ਖਾਂਦਾ ਸੀ, ਸੇਵਾ ਥੋੜ੍ਹੀ ਅਤੇ ਮੰਗਣ ਬਹੁਤਾ। ਸੇਵਾ ਤਾਂ ਹੈ ਨਹੀਂ ਸੀ, ਮੰਗਣਾ ਬਹੁਤਾ, ਸੰਗਤਾਂ ਦੀ ਮਾਇਆ ਲੈ ਕੇ ਜਮ੍ਹਾਂ ਕਰੀ ਜਾਂਦਾ ਸੀ, ਫਿਰ ਮੱਤ ਮਾਰੀ ਗਈ ਸੀ। ਹਾਂਜੀ, ਮੁਗਤ ਕੋ ਕਰਮੀ ਥੀ ਹੰਕਾਰੀ, ਮਾੜੇ ਕਰਮ ਕਰਕੇ ਹੰਕਾਰੀ ਹੋ ਗਿਆ ਸੀ। ਹਾਂਜੀ, ਗੈਲ ਪੰਜਾਬੋ ਨਹਿ ਇਸ ਬਣੀ, ਮਾਤਾ ਪੰਜਾਬ ਕੌਰ ਨਾਲ ਬਣਦੀ ਨਹੀਂ ਸੀ ਉਹਦੀ। ਮਾਈ ਪੰਜਾਬੋ ਜਿਹੜਾ ਕੰਮ ਕਹਿੰਦੀ ਸੀ ਉਹਦੇ ਉਲਟ ਤੁਰਦਾ ਸੀ। ਨਹੀਂ ਮਾਤਾ, ਤੈਨੂੰ ਨਹੀਂ ਪਤਾ, ਤੂੰ ਚੁੱਪ ਰਹਿ, ਨਾਲੇ ਮਾਤਾ ਜੀ ਕਹਿ ਛੱਡਣਾ, ਨਾਲੇ ਕਹਿਣਾ ਨਹੀਂ ਮੰਨਣਾ, ਚੁੱਪ ਕਰਾ ਦੇਣਾ। ਉਹ ਵਿਚਾਰੀ ਮਾਈ ਹੁਣ, ਕਿਉਂਕਿ ਬੱਚਾ ਕੋਈ ਹੈ ਨਹੀਂ ਸੀ, ਬਾਬਾ ਰਾਮ ਰਾਏ ਦੇ ਚਾਰ ਵਿਆਹ ਹੋਏ, ਚਾਰਾਂ 'ਚੋਂ ਵੀ ਬੱਚਾ ਨਹੀਂ ਹੋਇਆ। ਇਹ ਵਚਨ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਚੱਲਿਆ ਸੀ। ਜਦੋਂ ਬਾਬੇ ਰਾਮ ਰਾਏ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਵਚਨ ਦਿੱਤਾ, ਸਰਾਪ ਦਿੱਤਾ ਵੀ ਇਹ ਤਾਂ ਮਾਤਾ ਦੇ ਖਾਜੇ ਬਣਨਗੇ ਚੇਚਕ ਨਾਲ, ਸੰਗਤ ਨੇ ਕਿਹਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਵੀ ਤੁਸੀਂ ਗੁਰਤਾ ਗੱਦੀ 'ਤੇ ਹੋ ਅਤੇ ਉਹ ਤਾਂ ਗੱਦੀ 'ਤੇ ਹੈ ਵੀ ਨਹੀਂ ਅਤੇ ਤੁਹਾਨੂੰ ਸਰਾਪ ਦੇ ਰਿਹਾ। ਮਹਾਰਾਜ ਕਹਿੰਦੇ ਉਹ ਸਾਡਾ ਵੱਡਾ ਭਾਈ ਹੈ, ਉਹ ਨਹੀਂ ਦੇ ਰਿਹਾ, ਉਹਨੂੰ ਗੁਰੂ ਹਰ ਰਾਏ ਸਾਹਿਬ ਨੇ ਕਿਹਾ ਸੀ ਤੂੰ ਬੋਲੇਗਾ ਜੋ ਵੀ ਹੋ ਜਾਏਗਾ, ਅਤੇ ਅਸੀਂ ਉਹ ਬਚਨ ਮੋੜਨਾ ਨਹੀਂ, ਕਿਉਂਕਿ ਸਾਡੇ ਪਿਤਾ ਜੀ ਦਾ ਹੀ ਬਚਨ ਹੈ, ਭਰਾ ਦਾ ਬਚਨ ਨਹੀਂ, ਇਹ ਪਿਤਾ ਜੀ ਦਾ ਬਚਨ ਹੈ ਵੀ ਜੋ ਤੂੰ ਕਹੇਗਾ ਹੋ ਜਾਏਗਾ, ਅਤੇ ਜੇ ਉਹਨੇ ਸਾਨੂੰ ਕਹਿ ਦਿੱਤਾ ਤਾਂ ਅਸੀਂ ਬਚਨ ਆਪਣੇ ਸਰੀਰ 'ਤੇ ਲਵਾਂਗੇ, ਅਸੀਂ ਸੀਤਲਾ ਨਾਲ ਹੀ ਸਰੀਰ ਛੱਡਾਂਗੇ। ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ, ਮਹਾਰਾਜ ਨੇ ਉਹ ਬਚਨ ਮੋੜਿਆ ਨਹੀਂ ਗੁਰੂ ਹਰਕ੍ਰਿਸ਼ਨ ਸਾਹਿਬ। ਫਿਰ ਸੰਗਤ ਨੇ ਕਿਹਾ ਮਹਾਰਾਜ ਤੁਸੀਂ ਵੀ ਕੋਈ ਬਚਨ ਛੱਡੋ। ਮਹਾਰਾਜ ਕਹਿੰਦੇ ਅਸੀਂ ਕਿਉਂ ਬਚਨ ਛੱਡੀਏ? ਕਹਿੰਦੇ ਨਹੀਂ ਮਹਾਰਾਜ, ਗੁਰਤਾ ਗੱਦੀ 'ਤੇ ਤੁਸੀਂ ਹੋ, ਜੇ ਤੁਸੀਂ ਕੋਈ ਬਚਨ ਨਾ ਕੀਤਾ ਤਾਂ ਲੋਕ ਕਹਿਣਗੇ ਵੀ ਗੁਰੂ ਹਰਕ੍ਰਿਸ਼ਨ 'ਚ ਕੋਈ ਤਾਕਤ ਕੋਈ ਨਹੀਂ ਸੀ, ਅਤੇ ਸ਼ਰਧਾ ਟੁੱਟੇਗੀ ਸੰਗਤ ਦੀ। ਮਹਾਰਾਜ ਕਹਿੰਦੇ ਫਿਰ ਸੁਣ ਲਓ, ਜਿਉਂਦਾ ਸੜੇਗਾ ਬੇ ਔਲਾਦਾ ਜਾਏਗਾ। ਬਾਬਾ ਰਾਮ ਰਾਏ ਜੀ ਜਿਉਂਦੇ ਸੜੇ ਨੇ ਅਤੇ ਔਲਾਦ ਕੋਈ ਨਹੀਂ ਹੋਈ, ਬੱਚਾ ਚਾਰਾਂ 'ਚੋਂ ਨਹੀਂ ਹੋਇਆ। ਉਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅੱਠਵੇਂ ਪਾਤਸ਼ਾਹ ਦਾ ਬਚਨ ਸੀ। ਅਤੇ ਬੱਚਿਆਂ ਤੋਂ ਬਿਨਾਂ ਮਾਵਾਂ ਵਿਚਾਰੀਆਂ ਬੇਵੱਸ ਹੁੰਦੀਆਂ। ਮਾਈ ਪੰਜਾਬੋ ਬੇਵੱਸ ਸੀਗੀ ਅਤੇ ਗੁਰਬਖਸ਼ ਜਿਹੜਾ ਸੀ ਉਹ ਮਾਈ ਪੰਜਾਬੋ ਦੀ ਪੇਸ਼ ਨਹੀਂ ਸੀ ਜਾਣ ਦਿੰਦਾ। ਹਾਂਜੀ, ਸੰਗ ਨਿਰਪਤ ਕੇ ਇਸ ਕੀ ਘਨੀ, ਅਤੇ ਉੱਥੋਂ ਦੇ ਰਾਜੇ ਫਤਿਹ ਸ਼ਾਹ ਗੜਵਾਲੀਏ ਨਾਲ ਦੋਸਤੀ ਰੱਖਦਾ ਸੀ, ਉੱਥੋਂ ਦੇ ਪਹਾੜੀ ਰਾਜਿਆਂ ਨਾਲ ਉਹਦੀ ਗੁਰਬਖਸ਼ ਦੀ ਬਣਦੀ ਸੀ ਸਰਕਾਰੇ ਦਰਬਾਰੇ। ਇਹੋ ਜਿਹੇ ਜਿਹੜੇ ਬੰਦੇ ਹੁੰਦੇ ਨਾ, ਨਿਤਨੇਮ ਨਹੀਂ ਕਰਦੇ, ਸਵੇਰੇ ਉੱਠ ਕੇ ਅਖਬਾਰ ਹੀ ਪੜ੍ਹਦੇ ਹੁੰਦੇ ਆ ਵੀ ਵੱਡੇ ਲੋਕਾਂ ਨਾਲ ਕਿਵੇਂ ਬਣਾ ਕੇ ਰੱਖਣੀ ਹੈ, ਕਿਵੇਂ ਵੱਡਿਆਂ ਨੂੰ ਕਾਬੂ ਕਰਨਾ, ਕਿਵੇਂ ਕੰਮ ਕਰਾਉਣਾ ਰਾਜਿਆਂ ਮਹਾਰਾਜਿਆਂ ਕੋਲੋਂ। ਉੱਧਰ ਹੀ ਟੈਲੀਫੋਨ ਖੜਕਾਉਂਦੇ ਆ ਸਵੇਰੇ ਉੱਠ ਕੇ, ਅਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹ ਰੱਬ ਨਾਲ ਟੈਲੀਫੋਨ ਲਾਉਂਦੇ। ਇਹ ਰਾਜਿਆਂ ਨੂੰ ਲਾਉਣ ਵਾਲਾ ਸੀਗਾ, ਰਾਜਿਆਂ ਨਾਲ ਇਹਦੀ ਬਹਿਣ ਉੱਠਣ ਸੀ, ਭਗਤੀ ਸਿਮਰਨ ਵਾਲੇ ਪਾਸਿਓਂ ਖਾਲੀ ਸੀ। ਹਾਂਜੀ, ਬੋਲ ਤੋਲ ਇਸ ਆਹੇ ਨਿਆਰਾ, ਇਹਦਾ ਬੋਲ ਤੋਲ ਵੀ ਵੱਖਰਾ ਸੀ, ਹੰਕਾਰ 'ਚ ਹੀ ਬੋਲਦਾ ਸੀ, ਰੱਬ ਦੀ ਗੱਲ ਨਹੀਂ ਸੀ ਕਰਦਾ, ਮਾਇਆ ਦੀਆਂ ਗੱਲਾਂ ਕਰਦਾ ਸੀ। ਹਾਂਜੀ, ਮਾਤ ਪੰਜਾਬੋ ਇਸੇ ਧਿਕਾਰਾ, ਮਾਤਾ ਪੰਜਾਬੋ ਨੇ ਇਹਨੂੰ ਕਈ ਵਾਰੀ ਧਿਕਾਰਾਂ ਵੀ ਪਾਈਆਂ ਸੀ ਵੀ ਤੂੰ ਬੰਦਾ ਬਣ ਜਾ, ਪਰ ਇਹ ਬੰਦਾ ਬਣਦਾ ਨਹੀਂ ਸੀ, ਮਾਤਾ ਤੋਂ ਡਰਦਾ ਨਹੀਂ ਸੀ। ਹਾਂਜੀ, ਸੇਵਾ ਹਰੀ ਮਤ ਮਦ ਮਸੰਦ, ਬੜਾ ਹੰਕਾਰੀ, ਮਾੜੀ ਮਤ ਵਾਲਾ ਮਸੰਦ ਸੀ ਗੁਰਬਖਸ਼, ਦੇਹਰਾਦੂਨ ਵਿੱਚ ਉਹਦੀ ਚੱਲਦੀ ਸੀ ਬਾਬੇ ਰਾਮ ਰਾਏ ਤੋਂ ਬਾਅਦ, ਅਤੇ ਬਹੁਤ ਹੀ ਆਕੜ ਗਿਆ ਸੀ। ਹਾਂਜੀ, ਕੁਪਿਓ ਗੈਲ ਦੁਸ਼ਟ ਨੰਦ ਚੰਦ, ਉੱਥੇ ਦੀਵਾਨ ਸਜਿਆ, ਇੱਦਾਂ ਸੰਗਤਾਂ ਬੈਠੀਆਂ, ਕੀਰਤਨ ਹੋਇਆ, ਬਾਬਾ ਜੀ ਦੀ ਬਰਸੀ ਜੋ ਮਨਾਉਣੀ ਸੀ, ਅਤੇ ਬਾਬਾ ਨੰਦ ਚੰਦ ਮਹਾਰਾਜ ਦਾ ਦੀਵਾਨ ਦਸਵੇਂ ਪਾਤਸ਼ਾਹ ਦਾ, ਉਹ ਵੀ ਉੱਥੇ ਪਹੁੰਚਿਆ, ਭਾਈ ਮਨੀ ਸਿੰਘ ਉੱਥੇ ਪਹੁੰਚੇ, 50-60 ਸਿੰਘ ਵੀ ਚੰਗੇ ਚੰਗੇ ਚੋਣਵੇਂ ਗਏ। ਉਹ ਗੁਰਬਖਸ਼ ਭਾਈ ਨੰਦ ਚੰਦ ਨਾਲ ਖੈਬੜ ਪਿਆ, ਲੜ ਪਿਆ, ਜਾਣ ਕੇ ਵੀ ਇਹ ਤੁਸੀਂ ਕਿਉਂ ਆ ਗਏ ਹੋ। ਉਹਨੂੰ ਸੀ ਵੀ ਇੱਥੇ ਇਹਨਾਂ ਦਾ ਕੀ ਕੰਮ ਹੈ ਪੌਂਟੇ ਵਾਲਿਆਂ ਦਾ, ਅਸੀਂ ਇੱਥੇ ਇਸ ਗੱਦੀ ਦੇ ਅਸੀਂ ਮਾਲਕ ਹਾਂ, ਇਹ ਕਿਉਂ ਆਉਂਦੇ ਨੇ। ਉਹ ਬਾਬਾ ਨੰਦ ਚੰਦ ਭਾਈ ਨੰਦ ਚੰਦ ਨਾਲ ਖੈਬੜ ਪਿਆ, ਲੜ ਪਿਆ। ਹਾਂਜੀ, ਦੋਹਰਾ ਹੋਣੀ ਟਲੀ ਨਹਿ ਕਿਸੇ, ਤੇ ਸੇਵਾ ਸਿੰਘ ਕਹਿੰਦੇ ਵੀ ਹੋਣੀ ਕਿਸੇ ਤੋਂ ਟਲਦੀ ਨਹੀਂ, ਜਿਹੜੀ ਹੋਣੀ ਹੁੰਦੀ ਹੋ ਕੇ ਰਹਿੰਦੀ ਹੈ। ਹਾਂਜੀ, ਪੀਰ ਪੈਗੰਬਰ ਜੋ ਏ, ਪੀਰ ਪੈਗੰਬਰ ਬੜੇ ਬੜੇ ਵੱਡੇ ਹੋਏ ਨੇ, ਇਹ ਹੋਣੀ ਹੋ ਜਾਂਦੀ ਜਦੋਂ ਮੱਤ ਮਾਰੀ ਜੇ ਨਾ ਬੰਦੇ ਦੀ, ਉਹ ਫਿਰ ਕੋਈ ਨਾ ਕੋਈ ਭਾਣਾ ਵਰਤਾ ਕੇ ਹਟਦੀ ਹੈ। ਹਾਂਜੀ, ਵਰਤੀ ਸਭ ਕੀ ਸ੍ਰੀ ਪੈ, ਇਹ ਤੇ ਵੱਡੇ ਵੱਡੇ ਅਵਤਾਰਾਂ ਗੁਰੂਆਂ ਪੀਰਾਂ ਤੇ ਵਰਤੀ ਹੈ, ਕਿਸੇ ਨੂੰ ਨਹੀਂ ਛੱਡਦੀ। ਹਾਂਜੀ, ਇਸ ਤੇ ਬਚਿਓ ਨਹਿ ਕੋ, ਇਸ ਹੋਣੀ ਤੋਂ ਨਹੀਂ ਕੋਈ ਬਚਿਆ, ਰਾਮ ਗਯੋ ਰਾਵਣ ਗਯੋ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਹਾਂਜੀ, ਨਿੰਦਾ ਗੁਰ ਦਸਮੇਸ ਕੀ, ਹੰਕਾਰ ਵਿੱਚ ਆਏ ਹੋਏ ਉਸ ਗੁਰਬਖਸ਼ ਨੇ ਭਾਈ ਨੰਦ ਚੰਦ ਨੂੰ ਤਾਂ ਮਾੜਾ ਚੰਗਾ ਕਿਹਾ ਹੀ,
ਉਹ ਦਸਵੇਂ ਪਾਤਸ਼ਾਹ ਦੀ ਵੀ ਨਿੰਦਾ ਕਰਨ ਲੱਗ ਪਿਆ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਲੈ ਕੇ ਗਾਲਾਂ ਕੱਢਣ ਲੱਗ ਪਿਆ। ਹਾਂਜੀ, ਕਰੀ ਮੁਗਦ ਥੀ ਆਏ, ਉੱਥੇ ਭਰੇ ਦੀਵਾਨ 'ਚ ਉਹਨੇ ਕਹਿਤਾ, ਉਹ ਕੀ ਨੇ ਕਹਿੰਦਾ, ਉਹਨਾਂ ਕੋਲ ਕੀ ਹੈ, ਗੱਦੀ ਸਾਡੇ ਕੋਲ, ਅਸੀਂ ਗੁਰੂ ਨਾਨਕ ਦੀ ਥਾਂ 'ਤੇ ਬੈਠੇ, ਕਹਿੰਦੇ ਉਹ ਕੀ ਲੱਗਦੇ ਨੇ। ਇੱਦਾਂ ਉਹਨੇ ਬੜੇ ਮਾੜੇ ਚੰਗੇ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਰੇ ਕਹਿ ਦਿੱਤੇ। ਹਾਂਜੀ, ਤਖ਼ਤ ਪੋਸ਼ ਥੀ ਮਨੀ ਸਿੰਘ, ਇੱਦਾਂ ਤਖ਼ਤ ਪੋਸ਼ 'ਤੇ ਬੈਠਾ ਸੀ, ਬੜਾ ਮੋਟਾ ਸੀ, ਗਲ 'ਚ ਮਾਲਾ ਮੂਲਾ ਪਾਈ ਸੀ, ਅਤੇ ਟੌਰ ਸ਼ੌਰ ਕੱਢੀ ਅਤੇ ਬੋਲੀ ਜਾਵੇ ਵੀ ਮੈਨੂੰ ਇਹਨਾਂ ਨੇ ਕੀ ਕਰ ਲੈਣਾ, ਦਸਵੇਂ ਪਾਤਸ਼ਾਹ ਦੀ ਨਿੰਦਾ ਕਰੀ ਜਾਣਾ। ਭਾਈ ਮਨੀ ਸਿੰਘ ਸਾਹਿਬ ਉੱਠੇ, ਭਾਈ ਮਨੀ ਸਿੰਘ ਨੇ ਇੱਥੋਂ ਗੁਲਾਮਿਓਂ ਫੜ ਲਿਆ ਅਤੇ ਫੜ ਕੇ ਨਾ ਮਾਰਿਆ ਝਟਕਾ ਉੱਪਰ ਕਰਕੇ ਅਤੇ ਇੱਦਾਂ ਮੂਧਾ ਕਰਕੇ ਸੁੱਟਿਆ ਉੱਤੋਂ। ਹਾਂਜੀ, ਮਾਰਿਓ ਭੂਏ ਉਲਟਾਏ, ਕਹਿੰਦੇ ਉੱਤੇ ਲੱਤਾਂ ਕਰਤੀਆਂ ਅਤੇ ਥੱਲੇ ਸਿਰ ਕਰਤਾ, ਧੋਣ 'ਤੇ ਗੋਡਾ ਰੱਖ ਲਿਆ, ਹੁਣ ਦੱਸ। ਮਨੀ ਸਿੰਘ ਨੇ ਢਾ ਲਿਆ ਭਰੇ ਦੀਵਾਨ ਦੇ ਵਿੱਚ, ਇੱਦਾਂ ਹੀ ਦੀਵਾਨ ਸਜਿਆ ਸੀਗਾ, ਜਦੋਂ ਨਾਨਾ ਸਿੱਧਾ ਹੋਇਆ ਅਤੇ ਫਿਰ ਚੱਕ ਕੇ ਮਾਰਿਆ ਥੱਲੇ। ਹਾਂਜੀ, ਸਿਰ ਖੰਡੀ ਛੰਦ ਸਿੰਘ ਮਨੀ ਥੀ ਵੀਰ, ਮਨੀ ਸਿੰਘ ਜੋਧਾ ਸੀ, ਕਿਹਰ ਦਸਮੇਸਕਾ, ਦਸਵੇਂ ਪਾਤਸ਼ਾਹ ਦਾ ਸ਼ੇਰ ਸੀ, ਨੰਦ ਚੰਦ ਸੀ ਗੈਲ ਨਾਲ, ਦੀਵਾਨ ਨੰਦ ਚੰਦ ਵੀ ਸੀ, ਜੋਧਾ ਏਸ ਕੀ, ਬੜੇ ਜੋਧੇ ਸੀ ਦੋਵੇਂ ਹੀ, ਦਇਆ ਰਾਮ ਥੀ ਆਦ, ਪੰਡਿਤ ਦਇਆ ਰਾਮ ਜੀ ਬੜੇ ਜੋਧੇ ਮਹਾਰਾਜ ਦੇ ਪੁਰੋਹਿਤ ਸਨ, ਸਿੱਖ ਪਚਾਸ ਸਭ, ਪੰਜਾਹ ਦੇ ਪੰਜਾਹ ਸਿੱਖ ਜੋਧੇ ਸਨ, ਇੱਕ ਥੀ ਇੱਕ ਸਵਾਇਆ, ਇੱਕ ਤੋਂ ਇੱਕ ਸਵਾਏ ਸੀ, ਦੀਰਘ ਸੂਰਮੇ, ਬੜੇ ਵੱਡੇ ਸੂਰਮੇ ਸੀ, ਫੜੋ ਮਾਰ ਲਓ, ਫੜ ਲਓ ਮਾਰ ਲਓ, ਕਹਿੰਦੇ ਏਦਾਂ ਹੋ ਗਈ। ਫਿਰ ਤੇਗਾਂ ਖੜਕੀਆਂ, ਤੇਗਾਂ ਖੜਕ ਪਈਆਂ ਦੀਵਾਨ ਦੇ ਵਿੱਚ ਦੇਹਰਾਦੂਨ, ਗੁਰਬਖਸ਼ ਗਿਆ ਥੀ ਭਾਗ, ਗੁਰਬਖਸ਼ ਨੂੰ ਪੈ ਗਈ ਭਾਜੜ, ਉਹ ਤੇ ਕੁੱਟ ਖਾ ਕੇ ਤੇ ਦੌੜ ਗਿਆ ਮੇਲੇ ਬੀਚ ਤੇ, ਕਹਿੰਦੇ ਮੇਲੇ ਚੋਂ ਭੱਜ ਗਿਆ ਗੁਰਬਖਸ਼। ਮਾਤ ਪੰਜਾਬੋ ਮੱਧ ਖਲੋਈ ਆਣ ਕੇ, ਮਾਤਾ ਪੰਜਾਬੋ ਵਿੱਚ ਆ ਗਈ ਸੰਗਤ ਦੇ ਵਿੱਚ, ਖਲੋ ਗਈ, ਉਹਨੇ ਰੌਲਾ ਪਾਇਆ, ਖੰਡੋ ਘੜੋ ਮਿਆਨੀ, ਖੰਡੇ ਘੱਤੋ ਮਿਆਨੀ, ਉਹਨੇ ਪੱਲੂ ਫੇਰਿਆ, ਉਹਨੇ ਆਖਿਆ ਵੀ ਤਲਵਾਰਾਂ ਮਿਆਨ 'ਚ ਪਾ ਲਓ ਵੀ ਮੈਂ ਲੜਾਉ ਨਾ। ਹਾਂਜੀ, ਪੱਲੂ ਫੇਰਿਆ, ਪੱਲੂ ਫੇਰ ਦਿੱਤਾ, ਮਾਤਾ ਨੇ ਵੀ ਲੜਾਈ ਨਾ ਕਰੋ, ਮਨ ਬਚਨ ਸ੍ਰੀ ਮਾਤ, ਕਹਿੰਦੇ ਮਾਤਾ ਦਾ ਬਚਨ ਮੰਨ ਕੇ ਵਾਗਾ ਮੋੜੀਆਂ, ਸਿੰਘਾਂ ਨੇ ਤਲਵਾਰਾਂ ਮਿਆਨ 'ਚ ਪਾ ਲਈਆਂ ਤੇ ਵਾਗਾ ਮੋੜ ਲਈਆਂ ਪੌਂਟੇ ਨੂੰ, ਵਿਛੜ ਗਿਆ ਸੀ ਮੇਲਾ, ਉਹ ਮੇਲਾ ਬਰਸੀ ਦਾ ਜਿਹੜਾ ਪਹਿਲੀ ਬਰਸੀ ਸੀ ਬਾਬੇ ਰਾਮ ਰਾਜ ਦੀ, ਲੜਾਈ ਹੋ ਕੇ ਵਿਛੜ ਗਿਆ, ਪਹੁੰਚੇ ਪਾਵਟੇ, ਭਾਈ ਮਨੀ ਸਿੰਘ ਦੀਵਾਨ ਆਨੰਦ ਚੰਦ ਪੰਜਾਹ ਸਿੱਖਾਂ ਸਮੇਤ ਪੌਂਟੇ ਸਾਹਿਬ ਆ ਗਏ, ਸੇਵਾ ਹਰੀ ਸੀ ਨਾਨ, ਮਹਾਰਾਜ ਕਹਿੰਦੇ ਸੇਵਾ ਸਿੰਘ ਜੀ ਲਿਖਦੇ ਆ ਵੀ ਦਸਵੇਂ ਪਾਤਸ਼ਾਹ ਨੂੰ ਆ ਕੇ ਦੱਸੀ ਸਾਰੀ ਗੱਲ, ਬੰਧਨ ਗੁਰਾਂ ਕੂ, ਗੁਰਾਂ ਨੂੰ ਮੱਥਾ ਟੇਕਿਆ, ਬਿਰਥਾ ਸਕਲ ਸੁਣਾਈ, ਮਹਾਰਾਜ ਸਾਹਿਬ ਨੂੰ ਸਾਰਾ ਹਾਲ ਸੁਣਾਇਆ, ਦੇਹਰਾਦੂਨ ਕੀ, ਦੇਹਰਾਦੂਨ ਦੀ ਸਾਰੀ ਗੱਲ ਸੁਣਾਈ। ਇਸ ਤਰ੍ਹਾਂ ਸਾਧ ਸੰਗਤ ਜੀ ਦੇਹਰਾਦੂਨ ਭਾਈ ਮਨੀ ਸਿੰਘ ਜੀ ਗੁਰਬਖਸ਼ ਨੂੰ ਚੰਗਾ ਮਾਂਜਾ ਫੇਰ ਕੇ ਸੋਧਾ ਲਾ ਕੇ ਅਕਲ ਸਿਖਾ ਤੀ ਵੀ ਗੁਰੂ ਦਸਵੇਂ ਪਾਤਸ਼ਾਹ ਦੀ ਨਿੰਦਾ ਕਰਨ ਵਾਲੇ ਇਹੀ ਹਾਲ ਕਰਾਂਗੇ, ਅਤੇ ਉੱਥੋਂ ਵਾਪਸ ਪੌਂਟੇ ਸਾਹਿਬ ਆਏ ਅਤੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਸਾਰੀ ਗੱਲ ਦੱਸੀ, ਦੋਹਰਾ ਸੁਣੀ ਵਾਰਤਾ ਸਤਿਗੁਰੂ, ਦਸਵੇਂ ਪਾਤਸ਼ਾਹ ਇਹ ਗੱਲ ਸਾਰੀ ਸੁਣ ਕੇ, ਸਿੱਖਣ ਤੇ ਸੀ ਆਹੇ, ਸਿੱਖਾਂ ਤੋਂ ਸਾਰੇ ਬਚਨ ਸੁਣ ਕੇ, ਰਾਮ ਰਾਈਆਂ ਕਾ ਕਵੀ ਭੀ, ਹਾਂ ਮਹਾਰਾਜ ਕਹਿੰਦੇ ਰਾਮ ਰਾਈਆਂ ਦਾ ਕਦੀ ਵੀ ਕਰਿਓ ਨਾ ਮੂਲ ਵਿਸਾਹੇ, ਕਦੀ ਵੀ ਮੂਲ ਭੁੱਲ ਕੇ ਵੀ ਵਿਸਾਹ ਨਹੀਂ ਕਰਨਾ, ਕਹਿੰਦੇ ਰਾਮ ਰਾਈਏ ਕਦੀ ਨਹੀਂ ਗੁਰੂ ਘਰ ਨਾਲ ਜੁੜਨੇ। ਅੱਜ ਵੀ ਉਹੀ ਹਾਲ ਹੈ, ਰਾਮ ਰਾਏ ਬਖਸ਼ਿਆ ਗਿਆ ਪਰ ਰਾਮ ਰਾਈਏ ਨਹੀਂ ਬਖਸ਼ੇ ਗਏ, ਉਹ ਗੁਰੂ ਮਹਾਰਾਜ ਦੀ ਨਿੰਦਾ ਉਸੇ ਤਰ੍ਹਾਂ ਹੀ ਕਰਦੇ ਆ। ਹਾਂਜੀ, ਅੰਤਰਯਾਮੀ ਸਤਿਗੁਰੂ, ਅੰਤਰਯਾਮੀ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀ ਧਰ ਪਿਤਾ ਜੀ, ਸਭ ਵਿਦ ਜਾਣਨਹਾਰ, ਸਭ ਕੁਝ ਜਾਣੀ ਜਾਣ ਹਨ, ਪੰਥ ਉਪਾਵਨ ਕਾਰਨੇ, ਖਾਲਸਾ ਪੰਥ ਪੈਦਾ ਕਰਨਗੇ, ਕਲਮੇ ਲਿਓ ਅਵਤਾਰ, ਉਹਨਾਂ ਨੇ ਅਵਤਾਰ ਧਾਰਿਆ, ਪੰਥ ਚਲਾਉਣ ਵਾਸਤੇ ਆਏ ਨੇ। ਜਦੋਂ ਪੰਥ ਖਾਲਸਾ ਸਾਜਿਆ ਉਦੋਂ ਵੀ ਭਾਈ ਮਨੀ ਸਿੰਘ ਸਾਹਿਬ ਜੀ ਦਾ ਪਰਿਵਾਰ ਅੰਮ੍ਰਿਤ ਛਕਣ ਲਈ ਸਾਹਮਣੇ ਨਿਤਰਿਆ, ਉਹ ਵੀ ਕਥਾ ਹੁਣ ਉਹਨਾਂ ਦੇ ਅੱਗੇ ਅਨੰਦਪੁਰ ਸਾਹਿਬ ਦੇ ਜੰਗਾਂ ਯੁੱਧਾਂ ਦੀ। ਸੋ ਕੋਸ਼ਿਸ਼ ਤਾਂ ਇਹ ਸੀ ਵੀ ਆਪਾਂ ਛੇਤੀ ਭੋਗ ਪਾ ਦਿਆਂਗੇ, ਪਰ ਇਹ ਲੱਗਦਾ ਪ੍ਰਸੰਗ ਅੱਧ ਵਿੱਚ ਹੀ ਸਾਡੇ ਕੋਲੋਂ ਹੋਣਾ, ਪਰਸੋਂ ਤੱਕ ਅਜੇ ਕਥਾ 8 ਦਿਨ 'ਚ ਪੂਰੀ ਹੋਣ ਵਾਲੀ ਹੈ, ਛੇੜ ਤਾਂ ਲਈ ਹੈ ਪਰ ਗੁਰੂ ਨੇ ਜਿਵੇਂ ਪੂਰੀ ਕਰਾਉਣੀ ਹੈ ਸੋ ਉਨੀ ਕੁ ਹੋਵੇਗੀ। ਆਪ ਜੀ ਹਾਜ਼ਰੀਆਂ ਭਰੋ ਅਤੇ ਸਰਵਣ ਕਰੋ, ਇਤਨੇ ਬਚਨ ਪ੍ਰਵਾਨ ਕਰਨੇ, ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਏ ਮਾਇਆ,
ਅੰਧਕੂਪ ਮਹਾਂ ਭਿਆਨ ਨਾਨਕ ਪਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ